ਸਤਿ ਸ਼੍ਰੀ ਅਕਾਲ ਜੀ, ਅਤੇ ਅਸੀਂ ਬੋਲ ਰਹੇ ਹਾਂ ਬਲਬੀਰ ਸਟੋਰ। ਸਤਿ ਸ਼੍ਰੀ ਅਕਾਲ ਜੀ, ਅਸੀਂ ਬੋਲ ਰਹੇ ਹਾਂ ਬਲਬੀਰ ਸਟੋਰ ਮਾਲਟਨ ਮਾਰਕੀਟ ਲੁਧਿਆਣਾ ਤੋਂ, ਅਤੇ ਅਸੀਂ ਲਾਈਵ ਲੈ ਕੇ ਹਾਂ ਬਹੁਤ ਹੀ ਪਿਆਰੇ ਡਿਜ਼ਾਈਨਰ ਰੈਡੀਮੇਡ ਆਰਟੀਕਲਸ ਦਾ ਕੋਲ। ਉਹਦੇ 'ਚ ਤੁਹਾਨੂੰ ਮਿਲਣਗੀ ਬਹੁਤ ਹੀ ਪਿਆਰੀ ਪਿਆਰੀ ਲੌਂਗ ਡਰੈਸਿਸ, ਪਾਕਿਸਤਾਨੀ ਸ਼ਾਰਾ, ਗਰਾਰਾ, ਨਹਿਰਾ ਕੱਟ ਹੋ ਗਿਆ, ਜਿਵੇਂ ਅਨਾਰਕਲੀ ਹੋ ਗਈ, ਗਾਊਨਸ, ਹਰ ਤਰ੍ਹਾਂ ਦੀ ਵਰਾਇਟੀ ਦਿਖਾਵਾਂਗੇ ਅੱਜ ਦੀ ਵੀਡੀਓ ਦੇ ਅੰਦਰ। ਅਤੇ ਪਲੀਜ਼ ਵੀਡੀਓ ਨਾਲ ਦੀ ਨਾਲ ਸ਼ੇਅਰ ਜ਼ਰੂਰ ਕਰਦੇ ਰਹੋ, ਕਿਉਂਕਿ ਅੱਜ ਦੀ ਵੀਡੀਓ ਬਹੁਤ ਮਜ਼ੇਦਾਰ ਹੋਣ ਵਾਲੀ ਆ। ਇੱਕ ਇੱਕ ਆਰਟੀਕਲ ਤੁਹਾਨੂੰ ਮਿਲੇਗਾ ਡਿਜ਼ਾਈਨਰ ਦੇ ਲੁੱਕਸ, ਸੋ ਐਵਰੀਥਿੰਗ ਡਿਫਰੈਂਟ ਹੋਣਗੇ। ਜਿਵੇਂ ਤੁਹਾਨੂੰ ਸਭ ਨੂੰ ਪਤਾ ਕਿ ਸੀਜ਼ਨ ਦੀ ਤਿਆਰੀ ਹੋ ਚੁੱਕੀ ਆ, ਸਭ ਦੀ ਡਿਮਾਂਡ ਹੈਗੀ ਆ ਅੱਛੀ ਡਰੈਸਿਸ ਦੀ, ਹਰ ਤਰ੍ਹਾਂ ਦੀ ਵਰਾਇਟੀ ਹੋਣੀ ਚਾਹੀਦੀ ਹੈ, ਜਿਵੇਂ ਪ੍ਰੋਪਰਲੀ ਅਨਾਰਕਲੀ ਵੀ। ਤੁਹਾਨੂੰ ਇਸ ਵੀਡੀਓ ਅੰਦਰ ਸਾਰੀ ਆਰਟੀਕਲ ਦਿਖਾਵਾਂਗੇ, ਇੱਕ ਦਾ ਇੱਕ ਆਰਟੀਕਲ ਪ੍ਰੋਪਰਲੀ ਲੇਟੈਸਟ ਹੋਏਗਾ, ਜੇ ਕਿਸੇ ਵੀ ਵੀਡੀਓ 'ਚ ਕੋਈ ਵੀ ਆਰਟੀਕਲ ਨਹੀਂ ਦੇਖਿਆ ਹੋਏਗਾ। ਅਤੇ ਸਾਡੇ ਸ਼ੋਪ ਦੇ ਵਟਸਐਪ ਨੰਬਰ ਨੇ, ਇੱਕ ਵਾਰ ਨੰਬਰ ਨੋਟ ਕਰ ਲਓ, ਤਿੰਨ ਸ਼ੋਪ ਦੇ ਵਟਸਐਪ ਨੰਬਰ ਨੇ, ਤਿੰਨਾਂ ਨੰਬਰ ਦਾ ਸੁਵਿਧਾ ਉਪਲਬਧ ਹੈਗੀ ਆ ਵਟਸਐਪ ਦੀ। ਤੁਸੀਂ ਕਿਸੇ ਵੀ ਨੰਬਰ ਨੂੰ ਸੇਵ ਕਰਕੇ ਸਕਰੀਨਸ਼ੋਟ ਭੇਜ ਸਕਦੇ ਹੋ, ਕਾਲ ਕਰ ਸਕਦੇ ਹੋ, ਔਰ ਸ਼ਿਪਿੰਗ ਆਪਣੀ ਹੋਏਗੀ ਸਿਸਟਰ ਜੀ ਵਰਲਡ ਵਾਈਡ। ਕਿਤੇ ਬੈਠ ਕੇ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋ, 2 ਤੋਂ 3 ਡੇਜ਼ ਇੰਡੀਆ ਦੇ ਅੰਦਰ, 4 ਤੋਂ 5 ਡੇਜ਼ ਪੂਰੇ ਆਲ ਵਰਲਡ ਦੇ ਅੰਦਰ। ਔਰ ਰੈਡੀਮੇਡ ਆਰਟੀਕਲ ਦੀ ਗੱਲ ਕਰੀਏ ਤਾਂ ਤੁਹਾਨੂੰ ਕੋਈ ਵੀ ਖਰਚਾ ਨਹੀਂ ਹੋਏਗਾ, ਸਿਰਫ ਤੁਸੀਂ ਆਪਣੀ ਸਾਈਜ਼ ਸੈਂਡ ਕਰਨਾ ਵਾ, ਆਪਣੀ ਹਾਈਟ, ਚਸਟ, ਵੇਸਟ, ਹਿੱਪ, ਔਰ ਤੁਹਾਨੂੰ ਕਰਕੇ ਦੇਵਾਂਗੇ ਰੈਡੀ ਟੂ ਵੇਅਰ ਫਰੀ ਆਫ ਕੋਸਟ, ਕੋਈ ਵੀ ਚਾਰਜਸ ਨਹੀਂ ਹੋਣਗੇ। ਔਰ ਆਰਟੀਕਲ ਦੇਖਿਓ ਸਿਸਟਰ ਜੀ, ਯਾਨੀ ਕਿ ਜੋ ਤੁਹਾਡੇ ਮਾਇੰਡ 'ਚ ਆ, ਤੁਹਾਡੇ ਡ੍ਰੀਮ 'ਚ ਆ, ਤੁਹਾਨੂੰ ਉਹ ਅਸੀਂ ਆਰਟੀਕਲ ਦਿਖਾਵਾਂਗੇ ਅੱਜ ਦੀ ਵੀਡੀਓ ਦੇ ਅੰਦਰ। ਤਾਂ ਇੱਕ ਸ਼ਰਤ ਹੋਏਗੀ, ਤਾਂ ਪਲੀਜ਼ ਜਿਨ੍ਹਾਂ ਨੂੰ ਆਰਟੀਕਲ ਅੱਛਾ ਲੱਗਦਾ ਪਲੀਜ਼ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ। ਨਵਨੀਤ ਗਰੇਵਾਲ ਜੀ, ਸਤਿ ਸ਼੍ਰੀ ਅਕਾਲ ਜੀ, ਔਰ ਦਲਜੀਤ ਕੌਰ ਜੀ, ਸਤਿ ਸ਼੍ਰੀ ਅਕਾਲ, ਪ੍ਰਿੰਕਾ ਜੀ, ਸਤਿ ਸ਼੍ਰੀ ਅਕਾਲ, ਦੀਪ ਗਗਨ ਜੀ, ਵੈਰੀ ਗੁੱਡ ਈਵਨਿੰਗ ਸਾਰਿਆਂ ਨੂੰ, ਬਹੁਤ ਬਹੁਤ ਦਿਲ ਤੋਂ ਧੰਨਵਾਦ ਜੁਆਇਨ ਕਰਨ ਵਾਸਤੇ। ਅਤੇ ਇਸੇ ਤਰ੍ਹਾਂ ਲਾਸਟ ਤੱਕ ਬਣੇ ਰਹੋ, ਅਤੇ ਦਿਖਾਵਾਂਗੇ ਅੱਜ ਦੇ ਆਰਟੀਕਲ ਨੰਬਰ 1, ਔਰ ਆਏਗਾ ਡਿਜ਼ਾਈਨ ਨੰਬਰ 1 ਹੋਏਗਾ ਜੀ ਪਿਓਰ ਪੈਪਲਮ ਸਟਾਈਲ ਜੀ। ਔਰ ਇੱਥੇ ਵੋਕ ਆਏਗਾ ਚੋਲੀ ਦੇ ਉੱਪਰ, ਸਾਰਾ ਕਟਦਾਨੇ ਦਾ, 0 ਨੰਬਰ ਪੋਲਸ, ਨਕਸ਼ੀ, ਦਬਕਾ, ਯਾਨੀ ਕਿ ਜਿਹੜਾ ਵਰਕ ਹੋ ਗਿਆ ਟੋਟਲੀ ਹੈਂਡ ਆ। ਔਰ ਇਹਦੇ ਉੱਪਰ ਆਏਗਾ ਪੈਪਲਮ ਟੋਪ ਦੀ ਫਟਾਫਟ ਫਲੇਅਰ, ਆਹ ਲਓ, ਪ੍ਰੋਪਰਲੀ ਚੁਣਨ ਵਾਲੇ ਫਲੇਅਰ ਹੋਣਗੇ। ਨੀਚੇ ਪੂਰੇ ਡਿਜ਼ਾਈਨਰ ਲੁੱਕ ਦੇ ਨਾਲ ਬੀਟ ਸੈੱਟ ਕੀਤੇ ਗਏ ਨੇ, ਪ੍ਰੋਪਰ ਜਿਹਨੂੰ ਆਪਾਂ ਬੋਲਦੇ ਸ਼ੰਗ ਸੈੱਟ ਕੀਤੇ ਗਏ ਨੇ। ਔਰ ਇਹ ਆਏਗਾ ਜੀ ਸ਼ਾਰਾ, ਪਾਕਿਸਤਾਨੀ ਸ਼ਾਰਾ, ਇਹਦੀ ਪ੍ਰੋਪਰਲੀ ਫਿਟਿੰਗ ਬਹੁਤ ਅੱਛੀ ਆਉਂਦੀ ਆ, ਯਾਨੀ ਕਿ ਥਾਈਸ ਤੋਂ ਪੂਰੀ ਫਿਟਿੰਗ ਹੋਏਗੀ, ਥਾਈਸ ਤੋਂ ਬਾਅਦ ਹੋਏਗਾ ਪੂਰਾ ਅੱਛਾ ਫਲੇਅਰ। ਵਰਕ ਦੇਖੋ ਸਿਸਟਰ ਇਹਦਾ। ਔਰ ਇਹ ਆਏਗਾ ਜੀ ਮਸਟਰਡ ਗ੍ਰੀਨ ਕਲਰ, ਯਾਨੀ ਕਿ ਅਲੱਗ ਕਲਰ ਆ, ਕੋਈ ਓਵਰ ਬ੍ਰਾਈਟ ਕਲਰ ਨਹੀਂ ਹੈਗਾ, ਕੋਈ ਲਾਈਟ ਨਹੀਂ ਹੈਗਾ, ਇੱਕਦਮ ਆਏਗਾ ਡੀਸੈਂਟ ਲੁੱਕ ਦੇ ਅੰਦਰ। ਔਰ ਸਿਸਟਰ ਇਹਦੀ ਆ ਬੈਕ ਹੋਏਗੀ, ਅਗਰ ਤੁਹਾਡੀ ਚੋਇਸ ਆ ਬੈਕ ਨੂੰ ਕਵਰ ਕਰਨਾ ਤਾਂ ਨਾਲ ਫੈਬਰਿਕ ਲਾਂਚ ਹੁੰਦਾ ਵਾ ਡਿਜ਼ਾਈਨਰ ਵੱਲੋਂ, ਅਸੀਂ ਇਹਨੂੰ ਪਿੰਟੈਕਸ ਕਰਕੇ ਬੈਕ ਕਵਰ ਕਰ ਸਕਦੇ ਹਾਂ, ਸੇਮ ਫੈਬਰਿਕ ਕਰਕੇ ਵੀ, ਔਰ ਉਹਦੇ 'ਤੇ ਹਲਕੀ ਹਲਕੀ ਸਰਵੋਸਕੀ ਦੀ ਐਮਬਰੋਡਰੀ ਵੀ ਕਰਾ ਕੇ ਦੇਵਾਂਗੇ। ਔਰ ਨਾਲ ਹੋਣਗੇ ਬਾਜ਼ੂ, ਤੁਹਾਡੀ ਚੋਇਸ ਦੇ ਦਿਓ ਜੀ, ਹਾਫ ਕਰਨੇ ਨੇ ਜਾਂ ਕੁਆਟਰ ਕਰਨੇ ਆ ਜਾਂ ਫੁੱਲ ਕਰਨੇ ਆ, ਉਹ ਤੁਹਾਡੀ ਖੁਦ ਦੀ ਚੋਇਸ ਹੋਏਗੀ, ਉਹਦੇ ਅਕੋਰਡਿੰਗ ਅਸੀਂ ਬਾਜ਼ੂ ਸੈੱਟ ਕਰਾਂਗੇ ਇਹਦੇ। ਔਰ ਇਹ ਆਏਗਾ ਜੀ ਦੁਪੱਟਾ, ਡਿਜ਼ਾਈਨਰ ਦੁਪੱਟਾ ਲਾਈਟ ਵੇਟ, ਔਰ ਹੈਗਾ ਜੀ ਪਿਓਰ ਜੈਪਨੀਜ਼ ਨੈੱਟ ਦਾ ਦੁਪੱਟਾ ਹੋਏਗਾ, ਇਹ ਬ੍ਰਾਂਡ ਹੋਏਗਾ ਜੀ ਸੱਭਿਆ ਸਾਚੀ ਦਾ, ਆਹ ਸਾਰੀ ਸੀਕੁਐਂਸ ਦੀ ਪੂਰੀ ਅੱਛੀ ਐਮਬਰੋਡਰੀ ਵਾਲਾ ਦੁਪੱਟਾ, ਇਸ ਤਰ੍ਹਾਂ ਹੈਗਾ ਜੀ ਪੂਰ ਟੋਟਲੀ ਕੰਪਲੀਟ ਸੈੱਟ। ਔਰ ਮੈਂ ਤੁਹਾਨੂੰ ਦੱਸਦਾਂ ਕਲਰ ਸਿਸਟਰ ਕਿਸੇ 'ਚ ਨਹੀਂ ਹੋਣਗੇ, ਜਿੰਨੇ ਵੀ ਆਰਟੀਕਲ ਮੈਂ ਦਿਖਾਊਂਗਾ ਤੁਹਾਨੂੰ ਅੱਜ ਨੰਬਰ 1 ਹੋਣਗੇ, ਔਰ ਹੋਣਗੇ ਸਿੰਗਲ ਸਿੰਗਲ ਅੱਟ ਕੈਟਾਗਰੀ, ਜਿਵੇਂ ਤੁਸੀਂ ਚੋਇਸ ਤੁਹਾਡੀ ਆ ਕਿ ਤੁਸੀਂ ਵੇਅਰ ਕਰੋ, ਤੁਸੀਂ ਵੇਅਰ ਕਰੋ, ਕੋਈ ਹੋਰ ਨਹੀਂ ਵੇਅਰ ਕਰੇਗਾ। ਇਹ ਹੈਗਾ ਸੀ 19,580 ਰੁਪੀਜ਼ ਓਨਲੀ ਫੋਰ ਨਾ ਫਸਟ ਆਰਟੀਕਲ। ਅਗਲਾ ਹੈਗਾ ਜੀ ਬੰਟ ਔਰੇਂਜ ਕਲਰ 'ਚ, ਪਿਓਰ ਬੈਂਗਲੋਰੀ ਸਿਲਕ ਦਾ ਕੱਪੜਾ ਹੋਏਗਾ, ਫੈਬਰਿਕ ਬਹੁਤ ਕੂਲ ਆ, ਕਿਉਂਕਿ ਐਕਚੁਲੀ ਇਹਦਾ ਫੈਬਰਿਕ ਜਿਹੜਾ ਹੋਏਗਾ ਉਹ ਟੋਟਲੀ ਹੋਏਗਾ 1200 ਪਰ ਮੀਟਰ ਦਾ ਫੈਬਰਿਕ, ਕਿਉਂਕਿ ਇਹ ਬੋਡੀ ਫਿਟਿੰਗ ਬਹੁਤ ਅੱਛੀ ਆਉਣ ਵਾਲੀ ਆ। ਇਹ ਹੈਗਾ ਜੀ ਬੰਟ ਔਰੇਂਜ ਕਲਰ, ਇਹਦੇ ਉੱਪਰ ਵਰਕ ਦੇਖੋ ਇੰਨਾ ਪਿਆਰਾ ਕੀਤਾ, ਸਾਰਾ ਪੋਲਸ ਦਾ ਕੰਮ ਹੋਏਗਾ, ਪ੍ਰੋਪਰ ਪਿੱਟਾ ਵਰਕ ਆ, ਡੋਰੀ ਸਿਲੀ ਹੋਈ ਆ। ਔਰ ਇਸ ਤਰ੍ਹਾਂ ਆਉਣਗੇ ਸਿਸਟਰ ਜੀ ਦੇ ਬਾਜ਼ੂ ਆਉਣਗੇ, ਜਿਹੜੇ ਹੋਣਗੇ ਕੁਆਟਰ ਸਲੀਵਜ਼, ਯਾਨੀ ਕਿ 15 ਇੰਚ ਦੇ ਬਾਜ਼ੂ ਹੋਣਗੇ, ਆਹ ਨੀਚੇ ਸਕੈਲਪਿੰਗ ਕੀਤੀ ਗਈ ਆ ਬਾਜ਼ੂ 'ਤੇ, ਔਰ ਆਏਗਾ ਪ੍ਰੋਪਰਲੀ ਥਰੈਡ ਦਾ ਵਰਕ, ਇਹਦਾ ਕੰਮ ਦੇਖੋ ਜੀ, ਇਹਦਾ ਟੋਟਲੀ ਐਲੀਗੈਂਟ ਵਰਕ ਹੋਏਗਾ ਜੀ, ਇਹਦਾ ਟੋਟਲੀ ਡਿਫਰੈਂਟ। ਔਰ ਇਹਦਾ ਸ਼ਾਰਾ ਆਏਗਾ ਜੀ ਪ੍ਰੋਪਰ ਕਲੀਆਂ ਵਾਲਾ ਸ਼ਾਰਾ ਵਾ, ਔਰ ਕਲੀਆਂ ਦੇ ਉੱਪਰ ਐਮਬਰੋਡਰੀ ਕੀਤੀ ਗਈ ਆ ਸਾਰੀ ਥਰੈਡ ਦੀ ਐਂਡ ਪਿੱਟਾ ਵਰਕ ਦੀ ਜੀ। ਅਤੇ ਆਹ ਹੈਗਾ ਸਿਸਟਰ ਜੀ ਦਾ ਬੋਰਡਰ ਜਿਹੜਾ ਹੋਏਗਾ ਸਕੈਲਪਿੰਗ ਦੇ ਨਾਲ, ਔਰ ਇਹ ਫੋਪ ਜਿਹੜੇ ਮੈਂ ਸਾਈਜ਼ ਦੱਸਦਾ ਤੁਹਾਨੂੰ, ਜਿੰਨੇ ਵੀ ਤੁਸੀਂ ਆਰਟੀਕਲ ਦੇਖੋਗੇ ਸਭ ਦੇ ਤੁਹਾਨੂੰ ਮਿਲੇਗਾ 38 ਹਰਚ ਮਿਲੇਗਾ, 40 ਹਰਚ ਮਿਲੇਗਾ, ਔਰ ਇਹਦੇ ਤੁਹਾਨੂੰ ਮਿਲੇਗਾ 42, ਯਾਨੀ ਕਿ 3 ਸਾਈਜ਼ ਅਵੇਲੇਬਲ ਹੋਣਗੇ ਹਰ ਡਰੈਸੀ ਦੇ ਅੰਦਰ, 38, 40 ਐਂਡ 42। ਤਾਂ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਬਹੁਤ ਹੀ ਫਾਸਟਲੀ, ਸਕਰੀਨਸ਼ੋਟਸ ਲਓ, ਨੰਬਰਾਂ 'ਤੇ ਕੰਟੈਕਟ ਕਰੋ, ਔਰ ਆਪਣਾ ਆਰਡਰ ਪਲੇਸ ਕਰੋ। ਔਰ ਪੇਮੈਂਟ ਕਰਨ ਵਾਸਤੇ ਵੀ ਬਹੁਤ ਅੱਛੇ ਆਪਸ਼ਨਸ ਹੈਗੇ ਨੇ, ਅਗਰ ਤੁਸੀਂ ਪੇਮੈਂਟ ਬਾਹਰੋਂ ਕਰਨੀ ਆ, ਯਾਨੀ ਕਿ ਕੈਨੇਡਾ, ਅਮੈਰੀਕਾ, ਲੰਡਨ, ਕਿਤੋਂ ਵੀ ਕਰਨੀ ਆ, ਤਾਂ ਤੁਸੀਂ ਵੈਸਟਰਨ ਯੂਨੀਅਨ ਕਰ ਸਕਦੇ ਹੋ, ਮਨੀ ਗ੍ਰਾਮ ਕਰ ਸਕਦੇ ਹੋ, ਰੀਆ ਕਰ ਸਕਦੇ ਹੋ, ਅਗਰ ਤੁਸੀਂ ਅਕਾਊਂਟ 'ਚ ਟ੍ਰਾਂਸਫਰ ਕਰਨੀ ਆ ਅਕਾਊਂਟ 'ਚ ਵੀ ਟ੍ਰਾਂਸਫਰ ਕਰ ਸਕਦੇ ਹੋ, ਰਿਮਿਟਲੀ ਵੀ ਕਰ ਸਕਦੇ ਹੋ, ਅਗਰ ਤੁਸੀਂ ਇੰਡੀਆ 'ਚ ਹੈਗੇ ਹੋ ਤਾਂ ਤੁਸੀਂ ਗੂਗਲ ਪੇ, ਪੇਟੀਐਮ,
ਹਰ ਤਰ੍ਹਾਂ ਦੀ ਸੁਵਿਧਾ ਉਪਲਬਧ ਹੈਗੀ ਹੈ, ਜਿਸ ਤਰ੍ਹਾਂ ਮਰਜ਼ੀ ਤੁਸੀਂ ਸਾਨੂੰ ਪੇਮੈਂਟ ਕਰ ਸਕਦੇ ਹੋ। ਔਰ ਆਰਾਮ ਦੇ ਨਾਲ ਇਹ ਹੈਗਾ ਜੀ 28,490, ਯਾਨੀ ਕਿ 28,490 ਰੁਪੀਸ ਓਨਲੀ ਫੋਰ। ਤਾਂ ਪਲੀਜ਼ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ, ਕਿਉਂਕਿ ਸ਼ੇਅਰ ਕਰਨਾ ਬਹੁਤ ਜ਼ਰੂਰੀ ਆ, ਕਿ ਤੁਸੀਂ ਹਰ ਵੀਡੀਓ ਨੂੰ ਬਹੁਤ ਪਿਆਰ ਦਿੰਦੇ ਹੋ। ਤਾਂ ਅੱਜ ਦੀ ਵੀਡੀਓ ਨੂੰ ਬਹੁਤ ਪਿਆਰ ਦਿਓ। ਸਿਸਟਰ ਜੀ ਕਿਰਨ ਜੀ ਧਾਲੀਵਾਲ ਜੀ ਸਤਿ ਸ਼੍ਰੀ ਅਕਾਲ ਜੀ, ਸਪਨਾ ਜੀ ਸਤਿ ਸ਼੍ਰੀ ਅਕਾਲ ਜੀ, ਜਸਪਾਲ ਕੌਰ ਜੀ ਸਤਿ ਸ਼੍ਰੀ ਅਕਾਲ, ਸਾਰਿਆਂ ਨੂੰ ਦਿਲ ਤੋਂ ਧੰਨਵਾਦ। ਔਰ ਇਹ ਆਏਗਾ ਜੀ ਆਰਟੀਕਲ ਬੋਟਲ ਗ੍ਰੀਨ ਕਲਰ ਦਾ, ਇਹ ਵੀ ਸੇਮ ਫੈਬਰਿਕ ਆ, ਪਿਓਰ ਬੈਂਗਲੋਰੀ ਸੇ ਲੱਗਾ, ਕਿਉਂਕਿ ਇਹਦੀ ਜਿਹੜੀ ਫਿਟਿੰਗ ਆ ਫੈਬਰਿਕ ਦੀ ਬਹੁਤ ਅੱਛੀ ਹੁੰਦੀ ਆ। ਅਤੇ ਕਿਉਂਕਿ ਜਿਵੇਂ ਤੁਸੀਂ ਦੇਖਦੇ ਹੋ ਰੋਅ ਸਿਲਕ ਦੇਖਦੇ ਹੋ, ਅੱਜ ਕੱਲ੍ਹ ਜਿਹੜੀ ਰੋਅ ਸਿਲਕ ਆ ਰਹੀ ਉਹ ਵੀ ਪ੍ਰੋਪਰਲੀ ਲਾਈਟ ਵੇਟ ਵਾਲੀ ਆ ਰਹੀ ਆ, ਨੋਟ ਹੈਵੀ। ਅਤੇ ਇਹ ਹੈਗਾ ਜੀ ਬੋਟਲ ਗ੍ਰੀਨ ਕਲਰ 'ਚ ਆਰਟੀਕਲ ਜੀ। ਸਿਸਟਰ ਕੰਮ ਦੇਖੋ ਜੀ, ਇਹਦਾ ਪੂਰੀ ਨਕਸ਼ੀ ਦੀ ਆਊਟਿੰਗ ਕੀਤੀ ਹੋਈ ਆ, ਆਹ ਸਾਰਾ ਪੋਲ ਵਰਕ ਆ ਗਿਆ, ਨੀਚੇ ਸਾਰਾ ਥਰੈਡ ਦਾ ਵਰਕ ਆ ਗਿਆ। ਇਹਨੂੰ ਬੋਲਦਾ ਲੋਡਿੰਗ ਦੇ ਕੇ ਵਰਕ ਬੋਲਦੇ ਆ, ਨੀਚੇ ਸਾਰਾ ਵਰਕ ਹੁੰਦਾ ਥਰੈਡ ਦਾ, ਉਹਦੇ ਉੱਪਰ ਸਾਰੀ ਸੈਟਿੰਗ ਹੁੰਦੀ ਹੈ ਕੜਦਾਨੇ ਦੀ ਐਂਡ ਪਲਸ ਦੀ। ਔਰ ਆਹ ਦੇਖੋ ਬਾਜ਼ੂ, ਸੇਮ ਬਾਜ਼ੂ ਨੇ, ਇਹਦੇ ਵੀ ਕੁਆਟਰ ਸਲੀਵਸ ਹੋਣਗੇ, ਔਰ ਇਹਦੇ ਨਾਲ ਥਰੈਡ ਦੀ ਸੈਟਿੰਗ ਜ਼ਿਆਦਾ ਹੋਏਗੀ, ਯਾਨੀ ਕਿ ਬੋਟਲ ਗ੍ਰੀਨ ਕਲਰ ਦੇ ਉੱਪਰ ਆਏਗਾ ਜੀ। ਪੀਚ ਕਲਰ ਦੀ ਟਚਿੰਗ, ਪੀਚ ਕਲਰ ਦੇ ਪੋਲਸ ਵੀ ਹੋਣਗੇ, ਪਲੱਸ ਥਰੈਡ ਵੀ ਹੋਣਗੇ। ਔਰ ਆਏਗਾ ਜੀ ਬਹੁਤ ਹੀ ਪਿਆਰਾ ਔਰ ਅੱਛਾ ਫਲੇਰੀ ਵਾਲਾ ਸ਼ਾਰਾ। ਦਿਸ ਇਜ਼ ਦ ਬਿਊਟੀਫੁਲ ਪੀਸ। ਥੈਂਕ ਯੂ ਸੋ ਮੱਚ, ਥੈਂਕ ਯੂ ਸੋ ਮੱਚ ਜੀ। ਔਰ ਕੋਈ ਵੀ ਕਮੈਂਟ ਕਰ ਰਹੇ ਹੋ, ਇੰਦਰਜੀਤ ਕੌਰ ਜੀ ਹੋਣ, ਔਰ ਸਾਰਿਆਂ ਨੂੰ ਬਹੁਤ ਬਹੁਤ ਦਿਲ ਤੋਂ ਧੰਨਵਾਦ। ਇਹ ਹੈਗਾ ਚੌਕ 'ਤੇ ਵੋਕ, ਔਰ ਸਾਈਜ਼ ਮਿਲੇਗਾ 38, 40 and 42, ਕੰਫਰਟੇਬਲ ਸਾਈਜ਼ ਹੈਗੇ ਨੇ। ਅਗਰ ਉਸ ਤੋਂ ਬਾਅਦ ਜਿਹੜੇ ਸਾਈਜ਼ ਦੀ ਤੁਹਾਨੂੰ ਹੋਰ ਲੋੜ ਹੈਗੀ, ਜਿਵੇਂ ਤੁਸੀਂ 44 ਹੈਗਾ ਵਾ, 46 ਹੈਗਾ ਸਿਸਟਰ ਜੀ, ਜਾਂ 48 ਹੈਗਾ ਵਾ, ਤਾਂ ਵੀ ਟੈਨਸ਼ਨ ਲੈਣ ਦੀ ਲੋੜ ਨਹੀਂ। ਸਿਰਫ ਤੁਸੀਂ ਆਪਣਾ ਸਾਈਜ਼ ਸੈਂਡ ਕਰੋ, ਆਪਣੀ ਹਾਈਟ, ਚਸਟ, ਵੇਸਟ, ਹਿਪ, ਤਾਂ ਤੁਹਾਨੂੰ ਅਸੀਂ ਔਡਰ 'ਤੇ ਰੈਡੀ ਕਰਾ ਕੇ ਦੇਵਾਂਗੇ, ਸਿਰਫ ਤਾਂ ਸਿਰਫ 25 ਡੇਜ਼ ਦੇ ਅੰਦਰ ਜੀ। ਕਿਉਂਕਿ ਸਾਡੀ ਖੁਦ ਦੀ ਡਿਜ਼ਾਇਨਿੰਗ ਹੈਗੀ ਹੈ, ਸਭ ਸੈਂਪਲਸ ਨੇ। ਸੱਭਿਆ ਸਾਚੀ, ਮੋਨੀਸ਼ ਮਲਹੋਤਰਾ, ਰੀਤੂ ਬੇਰੀ, ਸੱਤਿਆ ਪੌਲ, ਅਨੀਤਾ ਡੋਂਗਰੇ, ਸੀਮਾ ਗੁਜਰਾਲ, ਇਹ ਸਭ ਹਾਈ ਫਾਈ ਡਿਜ਼ਾਇਨਰ ਨੇ। ਉਹਨਾਂ ਦੇ ਆਰਟੀਕਲਾਂ ਨੂੰ ਰੈਡੀ ਕਰਾਇਆ ਗਿਆ ਉਹਨਾਂ ਦੇ ਕਾਰੀਗਰਾਂ ਤੋਂ, ਅਤੇ ਕਲਰ ਚੋਇਸ ਆਪਣੀ ਹੋਏਗੀ ਜੀ। ਇਹ ਹੈਗਾ ਜੀ 37,390 ਰੁਪੀਸ ਓਨਲੀ ਓਨ। ਔਰ ਕਿਉਂਕਿ ਅਸੀਂ ਹੈਵੀ ਕੁਝ ਜਿਹਨੇ ਅਸੀਂ ਦੇਖੀਏ, ਜੇਕਰ ਡਿਜ਼ਾਇਨਰ ਦੀ ਗੱਲ ਕਰੀਏ ਤਾਂ ਉਹਨਾਂ ਦੀ ਆਰਟੀਕਲ ਦੀ ਰੇਂਜ ਹੁੰਦੀ ਆ, ਉਹ ਸਟਾਰਟਿੰਗ ਹੀ 55 ਤੋਂ ਸਟਾਰਟ ਹੁੰਦੀ, ਯਾਨੀ 55,000 ਤੋਂ ਉਹਨਾਂ ਦੀ ਸਟਾਰਟਿੰਗ ਹੁੰਦੀ ਆ। ਹੁਣ ਮੈਂ ਇੱਕ ਆਰਟੀਕਲ ਲੈ ਕੇ ਆਇਆ ਜੀ, ਪੁੰਨ ਬੋਲਦੇ ਨਹਿਰਾ ਕੱਟ। ਇਹ ਆਏਗਾ ਜੀ, ਇਹਦਾ ਅੱਪਰ ਪਾਰਟ ਬੋਡੀ ਵਰਕ ਆਏਗਾ, ਜਿਹਦੇ ਤੁਹਾਨੂੰ ਥਰੈਡ ਵਰਕ ਮਿਲੇਗਾ, ਹਲਕੀ ਹਲਕੀ ਨਕਸ਼ੀ ਮਿਲੇਗੀ, ਕੜਦਾਨਾ ਮਿਲੇਗਾ, ਔਰ ਇਸ ਤਰ੍ਹਾਂ ਆਏਗੀ ਲੁੱਕ ਇਹਦੀ, ਇਸ ਤਰ੍ਹਾਂ ਡਿਜ਼ਾਇਨਰ ਲੁੱਕ ਦਿੱਤੀ ਗਈ ਹੈ ਕਾਰੀਗਰ ਵੱਲੋਂ। ਅਤੇ ਆਹ ਆਏਗਾ ਜੀ ਇਹਦੇ ਬਾਜ਼ੂ, ਐਲਬੋ ਤੱਕ ਬਾਜ਼ੂ ਹੋਣਗੇ, ਬੇਟਾ ਦਿਖਾ ਕੱਟ ਦਿਖਾ ਸਾਈਡ ਦਾ। ਹਲੋ ਜੀ, ਆਹ ਆਏਗਾ ਸਾਈਡ ਕੱਟ ਜੀ ਇਹਦਾ, ਪ੍ਰੋਪਰ ਇਹਨੇ ਬੋਲਦੇ ਨਹਿਰਾ ਕੱਟ ਦੇ ਨਾਲ ਆਏਗਾ ਜੀ, ਪ੍ਰੋਪਰ ਅਲਟੀਮੇਟ ਲੁੱਕ ਦਾ ਪੀਸ। ਹਲੋ, ਆਏਗਾ ਸਾਈਡ 'ਤੇ, ਦੇਖੋ ਕਿੰਨਾ ਪਿਆਰਾ ਕੱਟ ਆ, ਸਾਈਡ 'ਤੇ ਡੋਰੀ ਹੈਗੀ ਆ, ਟਸਸ ਹੈਗੇ ਨੇ, ਔਰ ਬੇਟਾ ਦਿਖਾ ਪਲਾਜ਼ੋ ਹੀ। ਔਰ ਆਹ ਆਏਗਾ ਸਿਸਟਰ ਜੀ ਇਹਦਾ ਪਲਾਜ਼ੋ, ਕਿਆ ਬਾਤ ਹੈ, ਪ੍ਰੋਪਰ ਅੱਛਾ ਪਲਾਜ਼ੋ ਹੈਗਾ ਵਾ ਬੇਟੇ, ਬੈਕ ਕੋਲ ਇਹਦੀ। ਔਰ ਇਹ ਹੈਗੇ ਜੀ ਸਿਸਟਰ ਜੀ ਇਹਦੀ ਬੈਕ ਇਹਦੀ, ਇਹ ਹੈਗਾ ਜੀ ਬਲੈਕ ਕਲਰ, ਬਹੁਤ ਡਾਰਕ ਬਲੈਕ ਨਹੀਂ ਹੈਗਾ, ਬਹੁਤ ਸੋਹਣਾ ਬਲੈਕ ਆ। ਔਰ ਇਹਦਾ ਦੁਪੱਟਾ ਜਿਹੜਾ ਹੈਗਾ ਡਿਜ਼ਾਇਨਰ ਬੋਲ ਦਿੱਤਾ ਗਿਆ ਪਿਓਰ ਵੂਵਨ ਦਾ, ਬਹੁਤ ਅੱਛੀ ਡਰੈਸ ਆ ਸਿਸਟਰ ਜੀ, ਅਨਬਿਲੀਵੇਬਲ ਚੀਜ਼ ਹੈਗੀਆਂ ਨੇ ਇਹਦੀਆਂ। ਇਹ ਸਭ ਸੈਂਪਲਿੰਗ ਹੋ ਚੁੱਕੀ ਆ, ਤਿਆਰੀ ਹੋ ਚੁੱਕੀ ਆ ਪ੍ਰੋਪਰਲੀ, ਵੈਡਿੰਗ ਦੀ ਅੱਗੇ ਫੰਕਸ਼ਨ ਸਟਾਰਟ ਨੇ, ਦੁਪੱਟਾ ਬੜੇ ਸਾਈਡ ਤੋਂ। ਹਲੋ ਜੀ, ਇਹ ਹੈਗਾ ਜੀ ਪਿਓਰ ਸਿਲੇ ਦਾ ਦੁਪੱਟਾ, ਪਿਓਰ ਬਨਾਰਸੀ ਦੇ ਨਾਲ, ਔਰ ਲੁੱਕ ਦੇਖੋ ਜੀ ਕਿੰਨੀ ਅਮੇਜ਼ਿੰਗ ਲੁੱਕ ਹੈਗੀ ਆ, ਪ੍ਰੋਪਰ ਵੀਵਿੰਗ ਦੇ ਨਾਲ ਜੀ, ਸਿੰਪਲ ਸੋਬਰ ਆ, 60 ਰੋਡ ਦਾ ਫੈਬਰਿਕ, ਅੱਛਾ ਫੈਬਰਿਕ ਹੋਏਗਾ, ਔਰ ਇਹਦੀ ਰੇਂਜ ਵੀ ਬਹੁਤ ਰੀਜ਼ਨੇਬਲ ਹੈਗੀ ਸਿਸਟਰ ਜੀ। ਉਹ ਸਿਰਫ ਆਏਗਾ ਜੀ 11,210 ਦੀ ਰੇਂਜ, 11,210 ਰੁਪੀਸ ਓਨਲੀ ਫੋਰ। ਤਾਂ ਲਵਰੀ ਉੱਪਲ ਜੀ, ਥੈਂਕ ਯੂ ਸੋ ਮੱਚ ਫੋਰ ਜੁਆਇਨਿੰਗ, ਗਗਨਦੀਪ ਜੀ ਸਤਿ ਸ਼੍ਰੀ ਅਕਾਲ ਜੀ। ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ, ਲਾਈਕ ਕਰੋ, ਕਮੈਂਟ ਕਰੋ ਕਿ ਤੁਹਾਡੀ ਕੀ ਡਿਮਾਂਡ ਹੈਗੀ, ਤੁਹਾਨੂੰ ਕਿੱਦਾਂ ਦੇ ਕਲਰ ਚਾਹੀਦੇ ਨੇ। ਤਾਂ ਹਰ ਤਰ੍ਹਾਂ ਦੀ ਤੁਸੀਂ ਉਹ ਚੀਜ਼ਾਂ ਨੂੰ ਜਦੋਂ ਅਸੀਂ ਤੁਹਾਡੇ ਕਮੈਂਟ 'ਚ ਕਰੋਗੇ, ਤੁਹਾਡੀ ਟੀਮ ਮੈਂਬਰਸ ਉਹਨੂੰ ਰੀਡ ਕਰਕੇ ਨੈਕਸਟ ਵੀਡੀਓ 'ਚ ਉਹ ਆਰਟੀਕਲ ਲਾਂਚ ਕਰਾਂਗੇ ਅਸੀਂ। ਤੋ ਆਹ ਆਏਗਾ ਸਿਸਟਰ ਜੀ ਬਲਾਊਜ਼ ਦੀ ਸੈਟਿੰਗ ਆਏਗੀ, ਇਹ ਹੈਗੀ ਜੀ ਇੰਡੋ ਵੈਸਟਰਨ ਡਰੈਸ, ਯਾਨੀ ਕਿ ਨੀਚੇ ਪੂਰਾ ਅੱਛਾ ਇਸ਼ਾਰਾ ਹੋਏਗਾ, ਉਹਦੇ ਨਾਲ ਆਏਗਾ ਬਲਾਊਜ਼ ਇਹਦੇ ਨਾਲ। ਜਿਵੇਂ ਗਰਲਸ ਔਰ ਲੇਡੀਜ਼ ਦੀ ਅਗਰ ਰਿਕੁਆਇਰਮੈਂਟ ਆ ਗਈ, ਹਰ ਤਰ੍ਹਾਂ ਦੀ ਵਰਾਇਟੀ, ਅੱਛੇ ਆਰਟੀਕਲਸ ਹੋਣੇ ਚਾਹੀਦੇ ਨੇ, ਅਤੇ ਨਾਲ ਦੀ ਨਾਲ ਕਲਰ ਮੈਚਿੰਗ ਡਿਫਰੈਂਟ ਹੋਣੀ ਚਾਹੀਦੀ ਹੈ। ਇਹ ਉਸੇ ਤਰ੍ਹਾਂ ਦੇ ਆਰਟੀਕਲ ਨੇ, ਬੋਂਬੇ ਦੇ ਬ੍ਰਾਂਡਸ ਹੈਗੇ ਨੇ, ਜਿਵੇਂ ਕਿ ਮਨੀਸ਼ ਮਲਹੋਤਰਾ ਲਗਾ ਲਓ, ਸੱਭਿਆ ਸਾਚੀ ਲਾ ਲਓ, ਜਿੰਨੇ ਵੀ ਸੀਮਾ ਗੁਜਰਾਲਾ, ਆਪਣਾ ਪਾਪਾ ਡੋਨ ਪੀਸ, ਸਭ ਦੇ ਤੁਹਾਨੂੰ ਡਿਫਰੈਂਟ ਡਿਫਰੈਂਟ ਕੈਟਾਗਰੀ ਦੇ ਪੀਸਿਸ ਦਿਖਾਵਾਂਗੇ ਅੱਜ ਦੀ ਵੀਡੀਓ ਦੇ ਅੰਦਰ। ਅਤੇ ਇਹ ਹੈਗਾ ਜੀ ਆਪਣਾ ਚਾਰਕੂਲ ਗ੍ਰੇ ਕਲਰ ਜੀ। ਅਗਰ ਕਿਸੇ ਦੀ ਚੋਇਸ ਹੋਵੇ ਕਿ ਬਾਜ਼ੂ ਲਗਵਾਉਣ ਦੀ, ਤਾਂ ਇਹਦੇ ਨਾਲ ਬਾਜ਼ੂ ਵੀ ਆਉਣਗੇ। ਅਗਰ ਤੁਹਾਡੀ ਚੋਇਸ ਹੈਗੀ ਹੈ, ਤਾਂ ਅਸੀਂ ਇਹਨੂੰ ਸਟੈਪ ਨੂੰ ਬਰੋਡ ਕਰਕੇ, ਜਿਵੇਂ ਆਪਾਂ ਬਰੋਡ ਸਟੈਪ ਨੂੰ ਕਰਕੇ ਨਾਲ ਬਾਜ਼ੂ ਵੀ ਸਿਸਟਰ ਜੀ ਐਡ ਕਰ ਸਕਦੇ ਹਾਂ। ਆਹ ਆਏਗਾ ਜੀ ਬਹੁਤ ਹੀ ਪਿਆਰਾ ਪਿਓਰ ਸ਼ਿਫੋਨ, ਯਾਨੀ ਕਿ ਬ੍ਰੈਡਸਨ ਸ਼ਿਫੋਨ ਦਾ ਦੁਪੱਟਾ ਆਏਗਾ ਜੀ,
ਪ੍ਰੋਪਰਲੀ ਅੱਛਾ ਵਾਕ ਬੜੇ ਕਿਆਰੇ ਨਿਕਲੇ ਇਸ ਕੀ ਇਹ ਹੈਗਾ ਜੀ ਸਿਰਫ ਤਾਂ ਸਿਰਫ 14,240 14,240 ਰੁਪੀਜ਼ ਓਨਲੀ ਫੋਰ ਉਹ ਸਾਰੇ ਸਿੰਗਲ ਸਿੰਗਲ ਆਰਟੀਕਲ ਨੇ ਤੁਸੀਂ ਕੋਈ ਵੀ ਆਪਣਾ ਔਡਰ ਪਲੇਸ ਕਰਨਾ ਵਾ ਪ੍ਰੋਪਰਲੀ ਆਪਣੀ ਫੈਮਿਲੀ ਦਾ ਪੂਰੀ ਤਰ੍ਹਾਂ ਵੀਡੀਓ ਦੇਖ ਕੇ ਉਹਨਾਂ ਦੇ ਸਕਰੀਨਸ਼ੋਟ ਲੈ ਕੇ ਸਾਡੇ ਨੰਬਰਾਂ 'ਤੇ ਕੰਟੈਕਟ ਕਰ ਸਕਦੇ ਹੋ ਕਿਉਂਕਿ ਨਿਊ ਵਰਾਇਟੀ ਆ ਸਿੰਗਲ ਸਿੰਗਲ ਪੀਸਿਸ ਹੈਗੇ ਨੇ ਇਹ ਹੈਗਾ ਜੀ ਨਹਿਰਾਗੜ੍ਹ 'ਚ ਸੈਕਿੰਡ ਵਰਜ਼ਨ ਜੀ ਔਰ ਆਏਗਾ ਜੀ ਡੀਪ ਵਾਈਨ ਕਲਰ ਆਏਗਾ ਬਹੁਤ ਹੀ ਪਿਆਰਾ ਸਤਿ ਸ਼੍ਰੀ ਅਕਾਲ ਸੋਨੀਆ ਸ਼ਰਮਾ ਜੀ ਸਤਿ ਸ਼੍ਰੀ ਅਕਾਲ ਜੀ ਔਰ ਇਹ ਹੈਗਾ ਜੀ ਬੈਲਟ 'ਤੇ ਵੋਕ ਇਹਦਾ ਅਗਰ ਬੈਲਟ ਦੀ ਗੱਲ ਕਰੀਏ ਤਾਂ ਬਹੁਤ ਕੋਸਟਲੀ ਬੈਲਟ ਬਣਦੀਆਂ ਨੇ 3,000 ਦੀ ਬੈਲਟ ਰੈਡੀ ਹੁੰਦੀ ਹੈ ਸੱਭਿਆ ਸਾਚੀ ਦੀ ਔਰ ਇਹਦੇ ਨਾਲ ਬਣ ਕੇ ਆਈ ਆ ਫਰੀ ਓ ਕੋਸਟ ਔਰ ਆਹ ਹੈਗਾ ਜੀ ਇਹਦਾ ਵੋਕ ਇਹਦਾ ਵਾਈਨ ਦੇ ਉੱਪਰ ਮਹਿਰੂਨ ਕਲਰ ਹਲਕੇ ਹਲਕੇ ਗ੍ਰੀਨ ਕਲਰ ਦੀ ਟੱਚਿੰਗ ਆ ਵੋਕ ਦੀ ਔਰ ਨੀਚੇ ਬਹੁਤ ਹੀ ਪਿਆਰੇ ਟਸਸ ਹੋਣਗੇ ਔਰ ਇਹਦਾ ਸਾਈਡ ਕੱਟ ਹੋਏਗਾ ਨਾਲ ਪਲਾਜ਼ੋ ਆ ਸੇਮ ਫੈਬਰਿਕ ਦਾ 60 ਗ੍ਰਾਮ ਜੋੜਦਾ ਜੀ ਯਾਨੀ ਕਿ ਅਸੀਂ ਕੁਆਲਿਟੀ ਨੇ ਕੰਪਰੋਮਾਈਜ਼ ਨਹੀਂ ਕਰਦੇ ਕਿਉਂਕਿ ਤੁਹਾਨੂੰ ਸਭ ਨੂੰ ਪਤਾ ਵਾ ਕਿ ਬਲਬੀਰ ਸਟੋਰ ਦਾ ਬ੍ਰਾਂਡ ਸਟੂਡੀਓ 60 ਸਾਲ ਹੋ ਚੁੱਕੇ ਇਸ ਫਰਮ ਨੂੰ ਅਤੇ ਬਹੁਤ ਹੀ ਪਿਆਰ ਦੇ ਨਾਲ ਤੁਸੀਂ ਪਿਆਰ ਦਿੰਦੇ ਰਹੇ ਹੋ ਤਾਂ ਇਸੇ ਤਰ੍ਹਾਂ ਪਿਆਰ ਦਿੰਦੇ ਰਹੋਗੇ ਆਪਾਂ ਹੋਰ ਅੱਗੇ ਤੱਕ ਲੈ ਕੇ ਜਾਈਏ ਸ਼ੋਰੂਮ ਨੂੰ ਕਿ ਕਿਉਂਕਿ ਅਗਰ ਤੁਸੀਂ ਇੰਡੀਆ 'ਚੋਂ ਜਾਂ ਤੁਸੀਂ ਇੱਥੇ ਪੰਜਾਬ 'ਚੋਂ ਕਦੀ ਬਲਬੀਰ ਸਟੋਰ 'ਤੇ ਤੁਸੀਂ ਵਿਜ਼ਿਟ ਨਹੀਂ ਕੀਤਾ ਤਾਂ ਇੱਕ ਵਾਰੀ ਜ਼ਰੂਰ ਰਿਕੁਐਸਟ ਹੋਏਗੀ ਪੂਰੀ ਟੀਮ ਮੈਂਬਰ ਵੱਲੋਂ ਕਿ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਬਲਬੀਰ ਸਟੋਰ ਪੋਸਟ ਆਫਿਸ ਚੌਂਕ ਨੀਅਰ ਗੁਰਦੁਆਰਾ ਸਿੰਘ ਸਭਾ ਮਾਲਟੋਨ ਮਾਰਕੀਟ ਲੁਧਿਆਣਾ ਅਤੇ ਇਹ ਹੈਗਾ ਸੀ ਆਰਟੀਕਲ ਨੰਬਰ 6 ਹੋਏਗਾ ਰੇਂਜ ਸਿਰਫ ਹੋਏਗੀ 11,740 ਲਿਆ ਵੱਡੇ ਨੈਕਸਟ ਔਰ ਨੈਕਸਟ ਆਰਟੀਕਲ ਆਏਗਾ ਸੀ ਇੰਡੋ ਵੈਸਟਰਨ ਬਲੈਕ ਕਿਆ ਬਾਤ ਹੈ ਜੀ ਔਰ ਇਹਦਾ ਸਾਈਜ਼ ਬੜਾ ਕੰਫਰਟੇਬਲ ਆ ਇਹਦਾ 38 ਤੋਂ ਲੈ ਕੇ ਆਏਗਾ ਜੀ 44 ਤੱਕ ਓਨਲੀ ਵਨ ਡਰੈਸ ਆ ਜਿਹਦਾ ਸਾਈਜ਼ ਤੁਹਾਨੂੰ ਮਿਲੇਗਾ 44 ਜੀ ਔਰ ਇਹ ਹੈਗਾ ਸਾਰਾ ਆਏਗਾ ਡੋਰੀ ਦਾ ਵਰਕ ਹੋਏਗਾ ਇਸ ਤਰ੍ਹਾਂ ਨੈਕਲਾਈਨ ਹੈਗੀ ਸਾਰੀ ਮਿਰਰ ਵਰਕ 'ਚ ਹੋਏਗਾ ਜੀ ਔਰ ਇਹ ਹੈਗਾ ਜੀ ਇਹਦਾ ਬਾਜ਼ੂ ਦਾ ਪੈਟਰਨ ਯਾਨੀ ਕਿ 18 ਤੋਂ 20 ਇੰਚਸ ਦੇ ਬਾਜ਼ੂ ਹੋਣਗੇ ਪ੍ਰੋਪਰਲੀ ਅੱਛੇ ਵਰਕ ਵਾਲੇ ਔਰ ਇਸ ਤਰ੍ਹਾਂ ਚੁਨਟਸ ਬਣੇ ਹੋਏ ਨੇ ਬਹੁਤ ਪਿਆਰੇ ਆਹ ਸੈਂਟਰ 'ਚ ਕੱਟ ਆਏਗਾ ਨਾਲ ਆਏਗਾ ਸਟੇਟ ਪੈਂਟ ਕਿਆ ਬਾਤ ਆ ਤੁਹਾਡੀ ਵਰਾਇਟੀ ਡਿਫਰੈਂਟ ਬਣਨੇ ਵਾਲੀ ਆ ਕਿਉਂਕਿ ਇੱਦਾਂ ਦੇ ਆਰਟੀਕਲ ਬਹੁਤ ਰੀਅਲ ਆਉਂਦੇ ਨੇ ਪ੍ਰੋਪਰਲੀ ਸਮਾਰਟ ਲੁੱਕ ਵਾਲੇ ਪੀਸਿਸ ਨੇ ਇਹ ਹੈਗਾ ਸੀ ਬਲੈਕ ਦੇ ਉੱਪਰ ਗੋਲਡਨ ਲਾਈਟ ਅਨਮੋਲ ਗੋਲਡ ਵਰਕ ਵਾਓ ਲੋ ਸਿਸਟਰ ਜੀ ਇਹਦੇ ਨਾਲ ਤੁਹਾਨੂੰ ਮਿਲੇਗੀ ਫਰੀ ਓ ਕੋਸਟ ਬੈਲਟ ਨਾਲ ਜੀ ਕਿਉਂਕਿ ਬੈਲਟ ਦਾ ਬਹੁਤ ਟ੍ਰੈਂਡ ਹੈਗਾ ਵਾ ਇਸ ਤਰ੍ਹਾਂ ਆਏਗੀ ਜੀ ਐਮਬਰੋਡਰੀ ਵਾਲੀ ਸੇਮ ਬੈਲਟ ਆਏਗੀ ਨਾਲ ਔਰ ਨਾਲ ਦੁਪੱਟਾ ਵੀ ਬੇਟੇ ਲੋ ਸਿਸਟਰ ਜੀ ਇੰਡੋ ਵੈਸਟਰਨ ਤੁਹਾਨੂੰ ਦੁਪੱਟਾ ਵੀ ਨਾਲ ਦੇਵਾਂਗੇ ਨਹੀਂ ਤਾਂ ਬਹੁਤ ਰੀਅਲ 'ਚ ਦੁਪੱਟੇ ਨਾਲ ਆਉਂਦੇ ਨੇ ਔਰ ਇਹਦਾ ਪ੍ਰਾਈਸ ਰੇਂਜ ਅਨਬਿਲੇਬਲ ਪ੍ਰਾਈਸ ਸਿਸਟਰ ਜੀ ਬਹੁਤ ਹੀ ਰੀਜ਼ਨੇਬਲ ਲਿਆਓ ਬੇਟੇ ਰੇਂਜ ਦਿਖਾਓ ਲਓ ਜੀ ਸਿਰਫ ਓਨਲੀ ਫੋਰ 16,200 ਦੀ ਰੇਂਜ ਹੋਏਗਾ ਸੀ ਆਰਟੀਕਲ ਨੰਬਰ 7 ਨਹੀਂ ਤਾਂ ਇੱਦਾਂ ਦੀ ਜਿਹੜੀ ਆਰਟੀਕਲਸ ਹੁੰਦੇ ਨੇ ਨੀਅਰ ਅਬਾਊਟ ਸਟਾਰਟਿੰਗ ਹੁੰਦੀ ਆ 25 ਤੋਂ ਇਹ ਫਸਟ ਆਰਟੀਕਲ ਹੈਗਾ ਵਾ ਅੱਗੇ ਮੰਗ ਦਿਖਾ ਦੇ ਲਓ ਜੀ ਇੱਕ ਆਰਟੀਕਲ ਦਿਖਾ ਰਿਹਾ ਤੁਹਾਨੂੰ ਲਹਿੰਗੇ ਦਾ ਇਹ ਸਿਸਟਰ ਜੀ ਆਏਗਾ ਸੀ ਇੰਡੋ ਵੈਸਟਰਨ ਸਕਰਟ ਦੇ ਨਾਲ ਯਾਨੀ ਕਿ ਨੀਚੇ ਸਕਰਟ ਬਣੀ ਹੋਈ ਆ ਪਿਓਰ ਜੋੜ ਦੀ ਉਹਦੇ ਪਰ ਸਾਰਾ ਸੀਕੁਐਂਸ ਦਾ ਵਰਕ ਕੀਤਾ ਹੋਇਆ ਵਾ ਔਰ ਇਹਦਾ ਚੋਲੀ ਦਾ ਪੈਟਰਨ ਬਹੁਤ ਪਿਆਰਾ ਡਿਜ਼ਾਈਨਰ ਆਰਟੀਕਲ ਹੋਏਗਾ ਜੀ ਇਹਦਾ ਪੈਟਰਨ ਇਹਦਾ ਵਨ ਸਾਈਡ 'ਤੇ ਇਸ ਤਰ੍ਹਾਂ ਡਰੇਪ ਐਡ ਕੀਤੀ ਹੋਈ ਆ ਆਹ ਦੇਖੋ ਬਹੁਤ ਲੁੱਕ ਸਮਾਰਟ ਆ ਵਨ ਸਾਈਡ 'ਤੇ ਇਸ ਤਰ੍ਹਾਂ ਰੇਪ ਆਏਗਾ ਸਟਾਈਲ ਜੀ ਇਹਦਾ ਪ੍ਰੋਪਰਲੀ ਡਿਜ਼ਾਈਨਰ ਲੁੱਕ ਦਾ ਰੇਪ ਕਟਿੰਗ 'ਚ ਆਏਗਾ ਸੀ ਆਹ ਹੈਗੀ ਇਹਦੀ ਬੈਕ ਇਹਦੀ ਔਰ ਕੰਮ ਤੁਸੀਂ ਦੇਖ ਸਕਦੇ ਹੋ ਇਹਨੂੰ ਬੋਲਦੇ ਨੇ ਡਮੋਂਟਿੰਗ ਵਾਕ ਟੋਟਲੀ ਡਿਜ਼ਾਈਨਰ ਕਲਰ ਹੋਏਗਾ ਬਹੁਤ ਹੀ ਪਿਆਰਾ ਕਲਰ ਹੈਗਾ ਸੀ ਇਹਦਾ ਅਲੱਗ ਜਿਹਾ ਕਲਰ ਆ ਅਤੇ ਇਹ ਆਏਗਾ ਸੀ ਇਹਦੇ 'ਤੇ ਵਾਕ ਇਹਦਾ ਸਾਰਾ ਥਰੈਡ ਵਰਕ ਵੀ ਆ ਕਰਦਾਨਾ ਵੀ ਸਿਲਿਆ ਹੋਇਆ ਵਾ ਅੱਛੇ ਜ਼ਰਕੋਨ ਵੀ ਸਿਲੇ ਹੋਏ ਨੇ ਇਹ ਹੈਗਾ ਸੀ ਡਿਜ਼ਾਈਨ ਨੰਬਰ ਹੋਏਗਾ ਸੀ 8 ਔਰ ਰੇਂਜ ਹੋਏਗੀ 11,980 ਬਸ ਵੈਰੀ ਰੀਜ਼ਨੇਬਲ ਸਿਸਟਰ ਜੀ ਸਿਰਫ 11,980 ਰੁਪੀਜ਼ ਓਨਲੀ ਫੋਰ ਲਓ ਜੀ ਇਹ ਹੈਗਾ ਜੀ ਯੈਲੋ ਕਲਰ 'ਚ ਬਹੁਤ ਪਿਆਰਾ ਪੀਸ ਆ ਯੈਲੋ ਪ੍ਰੋਪਰਲੀ ਅੱਛੀ ਤਰ੍ਹਾਂ ਬ੍ਰਾਈਟ ਕਲਰ ਹੈਗਾ ਵਾ ਔਰ ਨੀਚੇ ਇਸ ਤਰ੍ਹਾਂ ਮਿਰਰ ਦਾ ਬਾਰਡਰ ਐਡ ਕੀਤਾ ਗਿਆ ਵਾ ਆਹ ਦੇਖੋ ਸਭ ਤੋਂ ਵੱਡੀ ਗੱਲ ਆ ਕਿ ਜਿਹੜੇ ਲਹਿੰਗੇ ਨੇ ਗਰਲਿਸ਼ ਨੇ ਕੋਈ ਵੀ ਵੇਅਰ ਕਰੇ ਗਰਲਸ ਵੇਅਰ ਕਰਨ ਲੇਡੀਜ਼ ਕਿਉਂਕਿ ਇਹਨਾਂ ਦੇ ਫਲੇਅਰ ਬਹੁਤ ਅੱਛੇ ਨੇ ਔਰ ਇਹ ਆਏਗਾ ਜੀ ਇਹਦੀ ਚੋਲੀ ਦਾ ਪੈਟਰਨ ਜੀ ਬਹੁਤ ਪਿਆਰਾ ਸੈਂਟਰ 'ਚ ਕੱਟ ਹੈਗਾ ਵਾ ਅਗਰ ਤੁਸੀਂ ਕੱਟ ਨੂੰ ਬੰਦ ਕਰਨਾ ਵਾ ਤਾਂ ਬੰਦ ਵੀ ਕਰਵਾ ਸਕਦੇ ਹੋ ਨੀਚੇ ਫੈਬਰਿਕ ਨਾਲ ਆਉਂਦਾ ਵਾ ਤੁਸੀਂ ਉਹਨੂੰ ਅਟੈਚ ਕਰਵਾ ਸਕਦੇ ਹੋ ਔਰ ਇਹ ਆਏਗਾ ਸਿਸਟਰ ਜੀ ਲਹਿੰਗੇ ਦੀ ਬੈਲਟ ਦੇ ਵਾਕ ਇਹਦੇ ਤਾਂ ਅਸੀਂ ਇਹਦੇ ਵੀ ਸਟੈਪ ਨੂੰ ਬਰੋਡ ਕਰ ਸਕਦੇ ਹਾਂ ਬੜੇ ਫਲੇਅਰ ਦਿਖਾ ਮਾੜਾ ਜਿਹਾ ਘੁਮਾ ਕੇ ਤਾਂ ਲਓ ਸਿਸਟਰ ਜੀ ਇਸ ਤਰ੍ਹਾਂ ਹੈਗਾ ਜੀ ਇਹਦਾ ਫਲੇਅਰ 5.5 ਮੀਟਰ ਤੋਂ ਪਲੱਸ ਦਾ ਇਹਦਾ ਫਲੇਅਰ ਹੈਗਾ ਵਾ ਬਹੁਤ ਅੱਛਾ ਔਰ ਡਿਜ਼ਾਈਨਰ ਲਹਿੰਗਾ ਹੋਏਗਾ ਬੜੇ ਦੁਪੱਟਾ ਦਿਖਾ ਨਾਲ ਲਓ ਜੀ ਆਹ ਹੈਗਾ ਸਿਸਟਰ ਜੀ ਅੱਛਾ ਔਰ ਡਿਜ਼ਾਈਨਰ ਦੁਪੱਟਾ ਕਿਉਂਕਿ ਦੁਪੱਟੇ ਬਹੁਤ ਲਾਈਟ ਆਉਂਦੇ ਨੇ ਲਹਿੰਗੇਸ ਦੇ ਨਾਲ ਬਟ ਇਹਦਾ ਦੁਪੱਟਾ ਬਹੁਤ ਸਮਾਰਟਲੀ ਬਣ ਕੇ ਆਇਆ ਵਾ ਅੱਛੇ ਕ੍ਰਿਸਟਲਸ ਲੱਗੇ ਹੋਏ ਨੇ ਪ੍ਰੋਪਰ ਅਤੇ ਇਹ ਹੈਗਾ ਜੀ ਆਰਟੀਕਲ ਨੰਬਰ 9 ਹੋਏਗਾ ਜੀ ਰੇਂਜ ਹੋਏਗੀ 23,140 23,140 ਰੁਪੀਜ਼ ਓਨਲੀ ਫੋਰ ਲਿਆਓ ਜੀ ਲਿਆਓ ਕਿਆ ਬਾਤ ਹੈ ਜੀ ਬਹੁਤ ਪਿਆਰੇ ਪਿਆਰੇ ਲਹਿੰਗੇ ਇੱਕ ਇਹ ਵੀ ਲਹਿੰਗਾ ਬਹੁਤ ਹੀ ਰੀਜ਼ਨੇਬਲ ਹੈਗਾ ਵਾ ਤੁਸੀਂ ਬਿਲੀਵ ਨਹੀਂ ਕਰੋਗੇ ਜਿਸ ਰੇਂਜ ਦੇ ਅੰਦਰ ਇਹ ਆਰਟੀਕਲ ਲਾਂਚ ਕੀਤਾ ਗਿਆ ਡਿਜ਼ਾਈਨਰ ਵੱਲੋਂ ਔਰ ਆਹ ਹੈਗਾ ਚੋਲੀ ਦਾ ਪੈਟਰਨ
ਸਾਰੀ ਸੀਕੁਐਂਸ ਬਣੀ ਹੋਈ ਆ। ਇਸ ਤਰ੍ਹਾਂ ਫੁੱਲ ਸਲੀਵਸ ਹੈਗੇ ਨੇ ਔਰ ਸੇਮ ਫਰੰਟ ਬੈਕ ਹੋਏਗੀ। ਬੀ ਸ਼ੇਪ ਨੈਕ, ਕਿਉਂਕਿ ਬਹੁਤ ਘੱਟ ਹੁੰਦਾ ਕਿ ਲਹਿੰਗਿਆਂ ਦੇ ਚੋਲੀਆਂ ਦੇ ਬੀ ਸ਼ੇਪ ਨੈਕ ਆਵੇ। ਔਰ ਲਹਿੰਗਾ ਆਏਗਾ ਜੀ ਪਿਓਰ ਚਿਨੋਨ ਦਾ, ਸ਼ਿਫੋਨ ਦਾ। ਆਹ ਦੇਖੋ ਵੋਕ ਦੇਖੋ ਜੀ, ਇਹਦਾ ਬੈਕ ਟੱਚ ਦਾ। ਆਹ ਦੇਖੋ ਇਸ ਤਰ੍ਹਾਂ ਬੈਲਟ ਬਣੀ ਹੋਈ ਆ, ਜਿਹੜੀਆਂ ਕਲੀਆਂ ਨੇ ਕ੍ਰਸ਼ਿੰਗ ਦੇ ਉੱਪਰ ਉਹਨਾਂ ਦੇ ਉੱਪਰ ਵੋਕ ਕੀਤਾ ਹੋਇਆ ਵਾ ਸੀਕੁਐਂਸ ਦਾ। ਲੈਵਟ ਦੁਪੱਟਾ ਦਿਖਾ, ਔਰ ਦੁਪੱਟਾ ਵੀ ਸਿਸਟਰ ਜੀ ਬਹੁਤ ਸੋਹਣਾ। ਬੇਟੇ ਨਾਮ ਨੋਟ ਕਰੋ ਸ਼ਰੀਕਾ ਜੀ ਦਾ, ਪ੍ਰਭਦੀਪ ਕੌਰ ਜੀ ਦਾ, ਸਭ ਨੇ ਵੀਡੀਓ ਸ਼ੇਅਰ ਕੀਤਾ ਵਾ ਅਤੇ ਨਾਲ ਦੀ ਨਾਲ ਨੋਟ ਕਰਦੇ ਰਹੋ ਟੀਮ ਮੈਂਬਰਸ, ਅਤੇ ਟਾਈਮ ਲੱਗਿਆ ਅਤੇ ਨਾਲ ਦੀ ਨਾਲ ਆਪਾਂ ਆਪਣਾ ਫਿਫਥ ਵਿਨਰ ਵੀ ਅਨਾਊਂਸ ਕਰ ਦਾਂਗੇ। ਇਹ ਆਏਗਾ ਜੀ ਡਿਜ਼ਾਈਨ ਨੰਬਰ 10 ਹੋਏਗਾ ਜੀ, 11,570 ਦੀ ਰੇਂਜ ਦੇਖੋ। ਔਰ ਪੀਜ਼ ਦੇਖੋ, ਅਗਰ ਸਟਿਚਿੰਗ ਦੀ ਗੱਲ ਕਰੀਏ ਤਾਂ 3 to 4,000 ਰੁਪਇਆ ਬੁਟੀਕ ਦਾ ਰੇਟ ਆ ਸਟਿਚ ਕਰਨ ਦਾ। ਆਪਾਂ ਤੁਹਾਨੂੰ ਦੇ ਰਹੇ ਹਾਂ ਰੈਡੀ ਟੂ ਵੇਅਰ, ਸਿਰਫ ਤੁਸੀਂ ਆਪਣਾ ਸਾਈਜ਼ ਸੈਂਡ ਕਰੋ, ਚੈਸਟ ਵੇਸਟ ਹਿਪ ਪ੍ਰੋਪਰਲੀ ਤੁਹਾਨੂੰ ਰੈਡੀ ਕਰਕੇ ਦੇਵਾਂਗੇ ਹਰ ਆਰਟੀਕਲ, ਕੋਈ ਵੀ ਚਾਰਜਸ ਨਹੀਂ ਹੋਣਗੇ ਜੀ। ਇੱਕ ਆਏਗਾ 3 ਪੀਸ, ਯਾਨੀ ਕਿ ਮੈਂ ਇਸ ਵੀਡੀਓ ਤੁਹਾਨੂੰ ਸਾਰੀ ਤਰ੍ਹਾਂ ਆਰਟੀਕਲ ਦਿਖਾਉਣੇ ਨੇ। ਕੁਛ ਮੈਂ ਤੁਹਾਨੂੰ ਦਿਖਾਏ ਨੇ ਲੌਂਗ ਦਿਖਾਏ ਤੇ, ਕੁਛ ਮੈਂ ਤੁਹਾਨੂੰ ਦਿਖਾਤੇ ਇੰਡੋ ਵੈਸਟਰਨ। ਹੁਣ ਇਹ ਆ ਗਏ 3 ਪੀਸ, ਨੀਚੇ ਸਕਰਟ ਬਣੀ ਹੈ ਬਹੁਤ ਪਿਆਰੀ ਪਿਓਰ ਸ਼ਿਫੋਨ ਦੀ, ਕੰਮ ਦੇਖੋ ਜੀ ਸਿਸਟਰ ਇਹਦਾ। ਔਰ ਇਹ ਆਏਗਾ ਜੀ ਚੋਲੀ ਦਾ ਪੈਟਰਨ ਪੂਰੀ ਥਰੈਡ ਵਰਕ ਦੇ ਨਾਲ। ਔਰ ਇਹ ਆਏਗਾ ਸਿਸਟਰ ਜੀ ਬਲੈਕ ਕਲਰ, ਗ੍ਰੇਸ਼ ਬਲੈਕ ਕਲਰ ਆ, ਇਹਦੀ ਸਲੀਵਸ ਪੂਰੇ ਨੇ, ਯਾਨੀ ਕਿ ਵਿਦਾਊਟ ਅਟੈਚੇਬਲ ਆ। ਅਗਰ ਤੁਹਾਡਾ ਕਦੀ ਚੋਇਸ ਕਰੇ, ਕਦੀ ਮਨ ਨਾ ਕਰੇ ਜੈਕਟ ਪਾਉਣ ਦਾ, ਤੁਸੀਂ ਵਿਦਾਊਟ ਜੈਕਟ ਵੀ ਵੇਅਰ ਕਰ ਸਕਦੇ ਹੋ। ਔਰ ਜੈਕਟ ਦੀ ਲੁੱਕ ਦੇਖੋ ਜੀ, ਕਿਆ ਬਾਤ ਹੈ ਜੀ, ਦਿਸ ਇਜ਼ ਦਾ ਬਿਊਟੀਫੁੱਲ ਪੀਸ। ਔਰ ਇਹ ਵੀ ਤੁਹਾਨੂੰ ਸਾਈਜ਼ ਮਿਲੇਗਾ 38, 40 and 42, ਪ੍ਰੋਪਰਲੀ ਕੰਫਰਟੇਬਲ ਸਾਈਜ਼ ਜੀ, LXL and XXL ਜੀ। ਕੰਮ ਦੇਖੋ ਜੀ ਜੈਕਟ ਦਾ। ਅਗਰ ਘਰ 'ਚ ਫੈਮਿਲੀ ਫੰਕਸ਼ਨ ਆ, ਤੁਹਾਡੀ ਖੁਦ ਦੀ ਵੈਡਿੰਗ ਆ, ਕਿ ਤੁਹਾਡੀ ਵਰਾਇਟੀ ਡਿਫਰੈਂਟ ਬਣਨ ਵਾਲੀ ਆ, ਆਰਟੀਕਲ ਨੰਬਰ 11, 24,920 ਰੁਪਏ ਜੀ, 24,920 ਰੁਪੀਸ ਓਨਲੀ ਫੋਰ। ਇਹ ਆਏਗਾ ਜੀ ਨੈਕਸਟ ਆਰਟੀਕਲ, ਉਹ ਆ ਗਿਆ ਸੀ ਥੋੜ੍ਹਾ ਹੈਵੀ ਲੁੱਕ ਦੇ ਅੰਦਰ ਆ ਗਿਆ, ਯਾਨੀ ਕਿ ਥੋੜ੍ਹਾ ਬਰੀਕੀ 'ਚ ਆ ਗਿਆ। ਇਹ ਸੈਕਿੰਡ ਆਰਟੀਕਲ ਆ ਗਿਆ ਉਸ ਤੋਂ ਲਾਈਟ ਰੇਂਜ ਦੇ ਅੰਦਰ ਜੀ। ਕੰਮ ਦੇਖੋ ਜੀ ਇਹਦਾ, ਇਹਦੀ ਵੀ ਸਕਰਟ ਆਏਗੀ ਪਿਓਰ ਚਨੋਨ ਦੀ, ਡਬਲ ਕੈਨਕਨ ਲੱਗੀ, ਸਭ ਦੇ ਅੰਦਰ ਕੈਨਕਨ ਲੱਗੀ ਹੋਈ ਹੈ ਜੀ। ਜਿਵੇਂ ਕਿ ਅੱਜ ਕੱਲ੍ਹ ਗਰਲਸ ਅਤੇ ਲੇਡੀਜ਼ ਚੋਇਸ ਹੁੰਦੀ ਨੇ, ਕੈਨਕਨ ਐਡ ਕੀਤੀ ਹੋਵੇ। ਆਹ ਆਏਗਾ ਸਕਰਟ 'ਤੇ ਵੋਕ ਆ ਗਿਆ ਬੋਰਡਰ ਦੇ ਉੱਤੇ, ਔਰ ਉੱਪਰ ਬਲਾਊਜ਼ ਆ ਗਿਆ। ਇਹਦੀ ਵੀ ਜੈਕਟ ਰਿਮੂਵੇਬਲ ਆ, ਤੁਸੀਂ ਵਿਦਾਊਟ ਜੈਕਟ ਵੀ ਇਹ ਡਰੈਸ ਨੂੰ ਵੇਅਰ ਕਰ ਸਕਦੇ ਹੋ। ਔਰ ਆਹ ਆ ਗਿਆ ਜੀ ਜੈਕਟ 'ਤੇ ਵੋਕ, ਇਹਦਾ ਫੁੱਲ ਸਲੀਵਸ ਹੈਗੇ ਨੇ। ਔਰ ਇਸ ਤਰ੍ਹਾਂ ਹੈਗੀ ਜੀ ਲੁੱਕ ਦੀ ਜੈਕਟ ਦੀ, ਕੰਮ ਦੇਖੋ ਜੀ ਇਹਦਾ। ਆ ਗਿਆ ਨੀਚੇ ਬੋਰਡਰ ਦਾ ਸਟਾਈਲ ਆ ਗਿਆ ਸੀ ਬੇਟੇ, ਬੈ ਦਿਖਾਓ ਜੈਕਟ ਦੀ। ਔਰ ਇਹ ਆਏਗਾ ਜੀ ਬੈਕ ਟੱਚ, ਇਹਦਾ ਹਰ ਆਰਟੀਕਲ ਤੁਹਾਨੂੰ ਮਿਲੇਗਾ ਡਿਫਰੈਂਟ। ਬਸ ਸ਼ਰਤ ਇੱਕੋ ਹੀ ਆ ਕਿ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ, ਕਿਉਂਕਿ ਤੁਸੀਂ ਸ਼ੇਅਰ ਕਰਦੇ ਹੋ ਤੁਹਾਡੇ ਜਿਹੜੇ ਹੌਸਲੇ ਬੁਲੰਦ ਹੁੰਦੇ ਨੇ, ਅਤੇ ਅਸੀਂ ਵੱਧ ਤੋਂ ਵੱਧ ਵੀਡੀਓ ਪਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਰੋਜ਼ ਦੀ ਵਰਾਇਟੀ ਤੁਹਾਨੂੰ ਰੋਜ਼ ਦਿਖਾਈ ਜਾਵੇ। ਇਹ ਆਏਗਾ ਜੀ ਪਿਆਜ਼ੀ ਅਨੀਅਨ ਕਲਰ ਆਏਗਾ ਜੀ, ਆਰਟੀਕਲ ਨੰਬਰ 12 ਹੋਏਗਾ, ਰੇਂਜ ਹੋਏਗੀ 12,990। ਦੇਖੋ ਰੇਂਜ ਦੇ ਅਕੋਰਡਿੰਗ ਕਿੰਨਾ ਅਲਟੀਮੇਟ ਚੀਜ਼ ਹੈਗੀ ਹੈ, ਯਾਨੀ ਕਿ ਤੁਹਾਡਾ ਡਿਫਰੈਂਟ ਆਰਟੀਕਲ ਬਣੇਗਾ। ਅਗਰ ਤੁਸੀਂ ਵੈਡਿੰਗ ਦੀ ਸ਼ੋਪਿੰਗ ਕਰ ਰਹੇ ਹੋ, ਟਰੂਸੋ ਵਾਸਤੇ ਇਹਨਾਂ ਚੀਜ਼ਾਂ ਨੂੰ ਐਡ ਕਰ ਸਕਦੇ ਹੋ। ਲਓ ਜੀ ਇੱਕ ਲਹਿੰਗਾ ਚੋਲੀ ਹੋਰ ਦਿਖਾਉਣ ਜਾ ਰਹੇ ਹਾਂ, ਅਤੇ ਇਹ ਆਏਗਾ ਜੀ ਸੀਕੁਐਂਸ ਦੇ ਨਾਲ। ਇਹ ਸਾਡਾ ਬਹੁਤ ਪਿਆਰਾ ਡਿਜ਼ਾਈਨ ਹੈਗਾ, ਅਸੀਂ ਲਾਸਟ ਟਾਈਮ ਵੀ ਅਸੀਂ ਤੁਹਾਨੂੰ ਅਪਲੋਡ ਕੀਤਾ ਸੀ ਅਤੇ ਬਹੁਤ ਅੱਛੀ ਡਿਮਾਂਡ ਸੀਗੀ, ਤਾਂ ਬਹੁਤ ਕਸਟਮਰ ਨੂੰ ਨਾ ਕਹਿਣੀ ਪਈ ਸੀ ਕਿਉਂਕਿ ਇਹ ਪੀਸ ਸਿਰਫ 2 ਸੀਗੇ। ਹੁਣ ਇਸ ਵਾਰ ਵੀ ਸਿਰਫ ਪੀਸ 2 ਹੀ ਆਏ ਨੇ, ਅਤੇ ਫਟਾਫਟ ਆਪਣਾ ਔਡਰ ਪਲੇਸ ਕਰ ਦਿਓ। ਇਹ ਹੈਗਾ ਆਈਸ ਬਲੂ ਦੇ ਨਾਲ ਡਾਰਕ ਨੇਵੀ ਕਲਰ ਦਾ ਕੋਂਬੀਨੇਸ਼ਨ। ਇਹ ਸਾਰਾ ਸੀਕੁਐਂਸ ਦਾ ਲਹਿੰਗਾ ਵਾ, ਨੀਚੇ ਸਕੈਲਪਿੰਗ ਕੀਤੀ ਹੋਈ ਆ। ਔਰ ਇਹ ਹੈਗਾ ਸੀ ਬਲਾਊਜ਼ ਦਾ ਐਮਬਰੋਡਰੀ, ਕੰਮ ਦੇਖੋ ਜੀ ਇਹਦਾ, ਕਿਆ ਬਾਤ ਹੈ ਜੀ। ਸਾਰਾ ਥਰੈਡ ਦਾ ਵੋਕ ਆ, ਸਾਰੀ ਪੋਲਕੀ ਵੋਕ ਕੀਤਾ ਗਿਆ ਵਾ, ਸਾਰਾ ਕਿਰਦਾਨਾ ਸਿਲਿਆ ਗਿਆ ਵਾ। ਔਰ ਇਹ ਹੈਗਾ ਜੀ ਚੋਲੀ ਦਾ ਵੋਕ ਇਹਦਾ, ਔਰ ਇਹਦੀ ਬੈਕ ਵੀ ਸੇਮ ਆ, ਵਾਓ। ਹੁਣ ਤੁਸੀਂ ਇਹਦੀ ਰੇਂਜ ਸੁਣ ਕੇ ਵੀ ਬਿਲੀਵ ਨਹੀਂ ਕਰ ਪਾਓਗੇ, ਕਿਉਂਕਿ ਲਹਿੰਗਾ ਚੋਲੀ ਦੀ ਸਟਿਚਿੰਗ ਹੀ ਬਹੁਤ ਕੋਸਟਲੀ ਆ। ਕਿਸੇ ਵੀ ਬੁਟੀਕ ਕੋ ਜਾਈਏ, 3 to 4,000 ਰੁਪਇਆ ਸਟਿਚਿੰਗ ਦੀ ਪ੍ਰਾਈਜ਼ ਮੰਗਦੇ ਨੇ। ਫਿਰ ਫੈਬਰਿਕ ਆ ਗਿਆ, ਫਿਰ ਕੈਨਕਨ ਹੀ ਬਹੁਤ ਕੋਸਟਲੀ ਆ, 60-70 meter ਕੈਨਕਨ ਆ, 30-30 meter ਕੈਨਕਨ ਲੱਗਦੀ ਆ। ਆਹ ਦੇਖੋ ਦੁਪੱਟਾ ਜੀ, ਦੁਪੱਟਾ ਇਹਦਾ ਆਏਗਾ 4-side ਬੋਰਡਰ, 60 gram ਜੁੜਦਾ ਦੁਪੱਟਾ ਹੋਏਗਾ ਜੀ। ਕੰਮ ਦੇਖੋ ਜੀ ਇਹਦਾ, ਇਹ ਆਏਗਾ ਜੀ ਆਈਸ ਬਲੂ ਦੇ ਨਾਲ ਨੇਵੀ ਬਲੂ ਦਾ ਕੋਂਬੀਨੇਸ਼ਨ, ਡਿਜ਼ਾਈਨ ਨੰਬਰ 13, 12,710, 12,700 ਦੀ ਰੇਂਜ ਹੋਏਗਾ ਜੀ, ਸਿਰਫ 12,700 ਦੀ ਰੇਂਜ। ਆ ਜੀ ਫੜ ਲਓ ਇੱਕ ਆਏਗਾ ਜੀ ਪੈਪਲਮ ਟੋਪ, ਯਾਨੀ ਕਿ ਪਹਿਲਾਂ ਪੈਪਲਮ ਟੋਪ ਦਿਖਾਏ ਸੀ ਤੁਹਾਨੂੰ ਆਪਣਾ ਇਸ਼ਾਰੇ ਦੇ ਨਾਲ, ਹੁਣ ਆਏਗਾ ਜੀ ਸਕਰਟ ਦੇ ਨਾਲ ਜੀ। ਆ ਨੀਚੇ ਪੂਰੀ ਕਰੇਪ, ਯਾਨੀ ਕਿ ਡਿਸ਼ੀਨ ਕਰੇਪ 'ਤੇ ਪੂਰੀ ਸਕਰਟ ਬਣੀ ਹੋਈ ਆ ਪ੍ਰਿੰਟਿਡ, ਉਹਦੇ ਉੱਪਰ ਸਾਰਾ ਸਰਵੋਸਕੀ ਅਤੇ ਉਹਦੇ ਉੱਪਰ ਡਮੋਂਟਿੰਗ ਵਰਕ ਦਾ ਪੂਰਾ ਹਾਈਲਾਈਟ ਕੀਤਾ ਗਿਆ ਬੋਰਡਰ ਨੂੰ। ਔਰ ਇਹ ਆਏਗਾ ਜੀ ਉੱਪਰ ਪੈਪਲਮ ਦਾ ਸਟਾਈਲ ਜੀ, ਕਿਆ ਬਾਤ ਹੈ ਜੀ। ਤੁਸੀਂ ਕਲਰ ਮੈਚਿੰਗ ਦੇਖੋ ਦੀਦੀ, ਕੁਛ ਅਲੱਗ ਆ, ਜਮੈਟ੍ਰੀਕਲ ਪ੍ਰਿੰਟ ਬਣੇ ਹੋਏ ਨੇ। ਨੀਚੇ ਪੈਪਲਮ ਦਾ ਟੋਪ ਬਹੁਤ ਅੱਛਾ ਵਾ ਬੇਟੇ, ਬੈ ਦਿਖਾਓ। ਔਰ ਸਭ ਤੋਂ ਵੱਡੀ ਗੱਲ, ਕੋਈ ਵੀ ਤੁਹਾਡੇ ਸਿਸਟਰ ਜੇ ਥੋੜ੍ਹੇ ਹੈਲਦੀ ਨੇ ਜਾਂ ਸਲਿਮ ਨੇ, ਸਭ ਨੂੰ ਫਿਟਿੰਗ ਬਹੁਤ ਸੋਹਣੀ ਆਉਣੀ ਆ, ਕਿਉਂਕਿ ਇਹਦੀ ਜਿਹੜੀ ਫਿਟਿੰਗ ਦਾ ਸਟਾਈਲ ਹੈ ਨਾ, ਯਾਨੀ ਕਿ ਪੈਪਲਮ ਦਾ ਪ੍ਰੋਪਰਲੀ ਬੋਡੀ ਫਿਟਿੰਗ ਆ। ਦੇਖੋ ਫਲੇਅਰ, ਕਿਆ ਬਾਤ ਹੈ ਜੀ।
ਪ੍ਰੋਪਰ ਕਿਸੇ ਵੀ ਓਕੇਜ਼ਨ 'ਤੇ, ਕੋਈ ਬਰਥਡੇ ਪਾਰਟੀ ਅਟੈਂਡ ਕਰਨੀ ਹੈ, ਕਿਤੇ ਵੀ ਜਾਣਾ ਵਾ, ਬਹੁਤ ਸਿੰਪਲ ਡਰੈਸ ਆ, ਜ਼ਿਆਦਾ ਇੰਬਰੋਡਰੀ ਨਹੀਂ ਹੈਗੀ। ਪਰ ਸਭ ਨੂੰ ਰਿਕੁਐਸਟ ਮੇਰੀ ਇਹੀ ਹੈਗੀ ਆ ਕਿ ਪੀਸ ਸਿੰਗਲ ਸਿੰਗਲ ਹੀ ਨੇ, ਇੱਕ ਇੱਕ ਦੋ ਦੋ ਪੀਸ ਨੇ, ਫਟਾਫਟ ਸਕਰੀਨਸ਼ੋਟ ਭੇਜ ਦਿਓ ਪ੍ਰੋਪਰਲੀ, ਤੁਹਾਡੇ ਤੱਕ ਇਹ ਪੀਸ ਅਸੀਂ ਪਹੁੰਚਾ ਸਕੀਏ। ਕੋਈ ਸ਼ਿਪਿੰਗ ਆਪਣੀ ਬਸ ਲੋ ਸਿਸਟਰ ਜੀ, ਸਿਰਫ 10,000 ਦੀ ਰੇਂਜ 'ਚ ਪੀਸ ਆਇਆ ਜੀ। ਪਹਿਲਾਂ ਮੈਂ ਸੇਮ ਪੀਸ ਵੇਚੇ ਨੇ 16-16, 17-17 ਹਜ਼ਾਰ ਦੀ ਰੇਂਜ 'ਚ। ਇਹ ਨਵੇਂ ਸੈਂਪਲ ਸੈੱਟ ਕੀਤੇ ਨੇ ਕਰੇਬ ਦੇ ਉੱਪਰ, ਸਿਰਫ 10,680 ਰੁਪੀਸ ਓਨਲੀ ਫੋਰ ਇੱਕ ਲਹਿੰਗਾ, ਇੱਕ ਪੈਪਲਮ। ਹਲੋ ਜੀ, ਅਗਲਾ ਹੈਗਾ ਜੀ ਮਹਿੰਦੀ ਕਲਰ 'ਚ। ਅਗਰ ਤੁਸੀਂ ਲਹਿੰਗੇ ਦੇਖਦੇ ਹੋ, ਤੁਹਾਨੂੰ ਬਹੁਤ ਕਲਰ ਇੱਦਾਂ ਦੇ ਘੱਟ ਮਿਲਦੇ ਨੇ, ਜਿਵੇਂ ਗ੍ਰੀਨ ਟੋਨ ਹੋ ਗਿਆ, ਮਹਿੰਦੀ ਟੋਨ ਹੋ ਗਈ, ਮਸਟਰਡ ਟੋਨ। ਅੱਜ ਦੀ ਡੇਟ 'ਚ ਸਭ ਤੋਂ ਲੇਟੈਸਟ ਕਲਰ ਲਾਂਚ ਕੀਤੇ ਗਏ ਨੇ। ਆਹ ਨੀਚੇ ਸਕਰਟ ਹੈਗੀ ਹੈ, 60 ਗ੍ਰਾਮ ਪਿਓਰ ਜੋੜ ਦੀ ਸਕਰਟ ਹੋਏਗੀ, ਸਾਰਾ ਥਰੈਡ ਦਾ ਵਰਕ, ਔਰਗੈਂਜ਼ਾ ਦੇ ਉੱਤੇ ਬਣਿਆ ਹੋਇਆ ਆਰਟੀਕਲ ਹੈਗਾ ਵਾ, ਆ ਹੈਗਾ ਚੋਲੀ ਦਾ ਪਾਰਟ, ਇਹਦਾ ਸਾਰਾ ਦਬਕਾ ਵਾ, 0 ਨੰਬਰ ਦੇ ਪੋਲਸ ਨੇ, ਕਰਦਾਨਾ ਵਾ, ਔਰ ਇਹਦੇ ਬਾਜ਼ੂ 'ਤੇ ਵੀ ਵਰਕ ਆ, ਸੇਮ ਹੈਂਡ ਵਰਕ ਦਾ। ਅਤੇ ਸਤਿ ਸ਼੍ਰੀ ਅਕਾਲ ਸੁਰਿੰਦਰ ਢਿੱਲੋਂ ਜੀ, ਅੱਜ ਤੁਹਾਡੀ ਇਸ ਵੀਡੀਓ 'ਚ ਬਹੁਤ ਅੱਛੇ ਪੀਸ ਨੇ, ਜ਼ਰੂਰ ਬਾਏ ਕਰਿਓ, ਕਿਉਂਕਿ 3-5 ਆਰਟੀਕਲ ਤੁਸੀਂ ਇਹਨਾਂ 'ਚੋਂ ਬਣਾ ਸਕਦੇ ਹੋ। ਹਲੋ, ਆ ਹੈਗਾ ਚੋਲੀ ਦੀ ਬੈਕ, ਇਹਦੀ ਸਿਸਟਰ ਜੀ ਇੱਕਦਮ ਅਲੱਗ ਕਲਰ ਹੈਗਾ ਵਾ, ਪ੍ਰੋਪਰਲੀ ਅੱਛਾ ਫਲੇਅਰ ਆ, ਡਬਲ ਕੈਨ ਸੈੱਟ ਕੀਤੀ ਹੋਈ ਆ, ਉਹ ਦੁਪੱਟਾ ਦਿਖਾ ਬੇਟੇ। ਸਤਿ ਸ਼੍ਰੀ ਅਕਾਲ ਜੀ, ਹੈਲੋ ਜੀ ਬਾਜੀ, ਗੁੱਡ ਈਵਨਿੰਗ, ਵੈਰੀ ਗੁੱਡ ਈਵਨਿੰਗ ਦੀਦੀ, ਵੈਰੀ ਗੁੱਡ ਈਵਨਿੰਗ, ਬਹੁਤ ਅੱਛੇ ਆਰਟੀਕਲ ਨੇ, ਇਹ ਲਹਿੰਗਾ ਤੁਸੀਂ ਜ਼ਰੂਰ ਬਾਏ ਕਰੋ ਦੀਦੀ ਜੀ। ਅਤੇ ਇਹ ਹੈਗਾ ਜੀ ਡਿਜ਼ਾਈਨ ਨੰਬਰ 15, ਰੇਂਜ ਦੇਖੋ ਸਿਸਟਰ ਜੀ, ਟੋਟਲੀ ਹੈਂਡਵਰਕ ਦੀ ਚੋਲੀ ਆ, ਫੁੱਲੀ ਫਲੇਅਰ ਲਹਿੰਗਾ ਵਾ, ਚਾਹੇ ਵਿਦਆਊਟ ਕੈਨਕਨ ਲੈ ਲਿਓ, ਵਿਦਆਊਟ ਕੈਨਕਨ ਵੀ ਬੜੀ ਅੱਛੀ ਫਲੇਅਰ ਦੀ ਗ੍ਰੇਸ ਆਉਣੀ ਆ, 23,140। ਹੁਣ ਨੈਕਸਟ ਆਰਟੀਕਲ ਆਏਗਾ ਮੇਰਾ ਓਲਡ ਇਜ਼ ਗੋਲਡ, ਯਾਨੀ ਕਿ ਮੇਰਾ ਬਹੁਤ ਹੀ ਪਿਆਰਾ, ਤੁਸੀਂ ਅਗਰ ਤੁਸੀਂ ਇੰਸਟਾਗ੍ਰਾਮ ਸਾਡੀ ਫੋਲੋ ਕੀਤੀ ਹੋਈ ਆ, ਅਗਰ ਨਹੀਂ ਫੋਲੋ ਕੀਤੀ ਜ਼ਰੂਰ ਫੋਲੋ ਕਰਿਓ, ਉੱਥੇ ਖੁਸ਼ੀ ਪੰਜਾਬੀ ਚੌਧਰੀ ਜਿਹਨਾਂ ਨੇ ਪੀਸ ਇਹ ਵੇਅਰ ਕੀਤਾ ਸੀਗਾ, ਅਤੇ ਬਹੁਤ ਅੰਡਰ ਡਿਮਾਂਡ ਸੀਗਾ ਜੀ ਇਹ ਵਾਲਾ। ਆਹ ਦੇਖੋ ਜੀ, ਦੀਦੀ ਨੂੰ ਪਾਰਸਲ ਮਿਲ ਗਿਆ ਕਹਿੰਦੇ। ਆਹ ਲਓ ਜੀ, ਸੀਕੁਐਂਸ ਦਾ ਲਹਿੰਗਾ ਬਲੈਕ ਕਲਰ ਦਾ, ਅਤੇ ਆਹ ਹੈਗਾ ਜੀ ਇਹਦੇ ਵਰਕ, ਇਹਦਾ ਸਾਰਾ ਕਰਦਾਨੇ ਦਾ ਅਤੇ ਪਰਲਸ ਦਾ, ਅਤੇ ਇਸ ਤਰ੍ਹਾਂ ਬੈਕ ਆ ਜੀ। ਦੀਦੀ ਵਿਕਾਸ ਵੀ ਆ ਗਿਆ ਵਾ, ਤੁਸੀਂ ਹੁਣ ਆਪਣਾ ਔਡਰ ਪਾ ਦਿਓ ਉਹਨੂੰ ਪਾਉਣਾ ਜੀ, ਇਹ ਮੱਥਾ ਟੇਕ ਕੇ ਆ ਗਿਆ ਵਾ। ਆਹ ਲਓ ਜੀ, ਆਹ ਚੋਲੀ ਦਾ ਪੈਟਰਨ ਆ, ਇਹ ਸਾਰੇ ਸਾਈਜ਼ ਹੈਗੇ ਨੇ 38 ਅਤੇ 40। ਇਸ ਤੋਂ ਬਾਅਦ ਤੁਹਾਡੇ ਸਾਈਜ਼ ਦੀ ਕੋਈ ਵੀ ਰਿਕੁਆਇਰਮੈਂਟ ਹੈਗੀ ਆ ਹੈਵੀ ਸਾਈਜ਼ ਦੀ, ਤਾਂ ਉਹ ਵੀ ਮਿਲ ਸਕਦੇ ਨੇ, ਸਿਰਫ 25 ਦਿਨ ਦੇ ਅੰਦਰ, 25 ਡੇਜ਼। ਤੁਸੀਂ ਸਿਰਫ ਕੰਟੈਕਟ ਕਰੋ ਸਾਡੇ ਨੰਬਰਾਂ 'ਤੇ, ਅਤੇ ਤੁਹਾਨੂੰ ਪ੍ਰੋਪਰਲੀ ਹਰ ਚੀਜ਼ ਦੀ ਗਾਈਡਨੈਂਸ ਮਿਲੇਗੀ। ਅਗਰ ਤੁਸੀਂ ਕੋਈ ਵੀਡੀਓ ਕਾਲ ਸੈਸ਼ਨ ਬੁੱਕ ਕਰਨਾ ਵਾ, ਤਾਂ ਤੁਸੀਂ ਉਹ ਕਿਸੇ ਵੀ ਨੰਬਰ 'ਤੇ ਆਪਣੇ ਬੁੱਕ ਕਰਵਾ ਸਕਦੇ ਹੋ, ਆਪਣਾ ਟਾਈਮ ਪ੍ਰੋਪਰਲੀ ਟਾਈਮਿੰਗ ਦੇ ਕੇ। ਅਤੇ ਇਹ ਹੈਗਾ 14,690, ਡਿਜ਼ਾਈਨ ਨੰਬਰ 16, 16 ਨੰਬਰ ਜੀ। ਅਗਲਾ ਪੀਸ ਆਏਗਾ ਜੀ ਲੌਂਗ ਡਰੈਸਿਸ, ਕਿਆ ਬਾਤ ਹੈ, ਦੇਖੋ ਕਲਰ ਦੇਖੋ ਸਿਸਟਰ ਜੀ ਕਿੰਨਾ ਪਿਆਰਾ, ਇਹਨੇ ਬੋਲਦੇ ਨੇ ਬੋਟਲ ਗ੍ਰੀਨ, ਇਹ ਬਹੁਤ ਡੀਪ ਕਲਰ ਨਹੀਂ ਹੈਗਾ, ਬਹੁਤ ਸਮਾਰਟਲੀ ਕਲਰ ਆ, ਇਹਦੇ ਬਾਰਡਰ 'ਤੇ ਬਹੁਤ ਅੱਛਾ ਵਰਕ ਕੀਤਾ ਗਿਆ ਵਾ, ਇਹਦੇ ਵਿੱਚ ਸਾਰਾ ਸਟੋਨ ਦਾ ਵਰਕ ਆ, ਸਾਰੇ ਥਰੈਡ ਵਰਕ ਆ, ਹੋਰ ਹੈਗਾ ਜੀ। ਕਹਿੰਦੇ ਬੇਟੇ ਕੀ ਹਾਲ ਆ ਤੇਰਾ, ਕਹਿੰਦੇ ਹਲੋ ਜੀ, ਕਹਿੰਦਾ ਠੀਕ ਆ ਦੀਦੀ। ਹਲੋ ਜੀ, ਆਹ ਬੈਕ ਬਣੀ ਹੋਈ ਆ, ਪ੍ਰੋਪਰ ਓਲਟਰ ਨੈਕ ਹੈਗੀ ਆ, ਜੇ ਅਗਰ ਤੁਸੀਂ ਬਾਜ਼ੂ ਦੀ ਚੋਇਸ ਰੱਖਦੇ ਹੋ ਤਾਂ ਬਾਜ਼ੂ ਵੀ ਲਗਵਾ ਸਕਦੇ ਹੋ, ਆ ਹੈਗਾ ਜੀ ਪ੍ਰੋਪਰਲੀ ਬੈਕ ਟੱਚ ਇਹਦਾ, ਔਰ ਇਹ ਹੈਗਾ ਜੀ ਫਰੰਟ ਟੱਚ ਹੋਏਗਾ, ਅਗਰ ਸਟੈਪ ਤੁਸੀਂ ਜਦੋਂ ਆਪਾਂ ਉਹ ਐਡ ਕਰਨੇ ਨੇ ਬਾਜ਼ੂ, ਤਾਂ ਅਸੀਂ ਸਟੈਪ ਨੂੰ ਬਰੋਡ ਕਰ ਸਕਦੇ ਹਾਂ। ਥੈਂਕ ਯੂ ਸੋ ਮੱਚ ਦਿਸ ਸਿਸਟਰ ਜੀ। ਔਰ ਇਹ ਹੈਗਾ ਸੀ ਦੁਪੱਟਾ, ਇਸ ਲਈ ਮੈਨੂੰ ਕਿਹਾ ਕਿ ਅੱਜ ਦੀ ਵੀਡੀਓ ਬਹੁਤ ਅਲਟੀਮੇਟ ਆ, ਬਹੁਤ ਮਜ਼ੇਦਾਰ ਆ, ਕਿਉਂਕਿ ਸਾਰੇ ਕਲੈਕਸ਼ਨ ਦੀ ਸਾਰੀ ਕਲੈਕਸ਼ਨ ਟੋਟਲੀ ਨਵੀਂ ਆ, ਲੇਟੈਸਟ ਸਟਾਈਲ ਆ। ਲਿਆ ਬਟੇ, ਇਹ ਹੈਗਾ ਜੀ 18,310, 18,300 ਦੀ ਰੇਂਜ ਹੋਏਗਾ ਜੀ, ਡਿਜ਼ਾਈਨ ਨੰਬਰ 17। ਹੁਣ ਦਿਖਾਵਾਂਗਾ ਮੈਂ ਬਹੁਤ ਹੀ ਪਿਆਰੀ ਅਨਾਰਕਲੀ ਸਿੰਪਲ ਸੋਬਰ, ਚਾਹੇ ਘਰ 'ਚ ਓਕੇਜ਼ਨ ਹੈ ਚਾਹੇ ਨਹੀਂ ਹੈ, ਫਿਰ ਤੁਸੀਂ ਬਾਏ ਕਰੋ, ਕਿਉਂਕਿ ਇਹ ਹੈਗੀ ਆ ਮਸਕ ਅਲੀ ਸਟਾਈਲ ਜੀ। ਆਹ ਦੇਖੋ ਕੰਮ, ਦੇਖੋ ਸਾਰਾ ਕਰੀਮ ਕਲਰ ਆ, ਕਰੀਮ ਦੇ ਉੱਪਰ ਕਰੀਮ ਕੰਮ ਕੀਤਾ ਹੋਇਆ ਵਾ, ਔਰ ਆਹ ਬਾਜ਼ੂ ਨੇ ਇਹਦੇ ਪੂਰੇ ਕੱਫ ਹੈਵੀ ਹੈਗੇ ਨੇ, ਸਿੰਪਲ ਅਨਾਰਕਲੀ ਆ ਜੀ, ਕੋਈ ਕੈਨ ਨਹੀਂ, ਇੱਕਦਮ ਲਾਈਟ ਵੇਟ ਹੋ ਕੇ ਆ ਬਾਤ ਆ, ਟਸਰ ਦਿਖਾ ਕੇ ਨੇ ਪਿਆ ਲੱਗੇ। ਆਹ ਦੇਖੋ ਸਿਸਟਰ ਜੀ ਪ੍ਰੋਪਰਲੀ ਹੈਵੀ ਟਸਰਸ ਐਡ ਕੀਤੇ ਹੋਏ ਨੇ, ਔਰ ਦੁਪੱਟਾ ਦਿਖਾ ਬਟੇ, ਦੁਪੱਟਾ ਸਿਸਟਰ ਜੀ ਆਏਗਾ ਜੀ ਪਿਓਰ ਲਖਨਵੀ, ਵਾਓ ਇੱਕਦਮ, ਇਹ ਬੋਲਦੇ ਜੀ ਮੈਂ ਕਹਿੰਦੇ ਪਰ ਟੀਚਰ ਟੇਸਟ ਹੋ ਗਿਆ, ਜਿਵੇਂ ਸਿਸਟਰ ਜੀ ਕਿ ਬਹੁਤ ਨੇ ਕਿ ਬਹੁਤ ਐਲੀਗੈਂਟ ਡਰੈਸਿਸ ਚਾਹੀਦੀਆਂ ਨੇ, ਪ੍ਰੋਪਰਲੀ ਇੱਕਦਮ ਕਲਾਸੀ ਲੁੱਕ ਚਾਹੀਦੇ ਨੇ, ਉਹ ਆਰਟੀਕਲ ਨੇ ਹਲੇ, ਸਿਰਫ 10,260 ਦੀ ਰੇਂਜ ਦੇ ਅੰਦਰ ਜੀ। ਇਸ ਲਈ ਕਹਿੰਦਾ ਮੈਂ ਘਰ 'ਚ ਫੈਮਿਲੀ ਫੰਕਸ਼ਨ ਆ, ਖੁਦ ਦੀ ਵੈਡਿੰਗ ਆ, ਕਿਸੇ ਵੀ ਓਕੇਜ਼ਨ 'ਤੇ ਤੁਸੀਂ ਇਹਨਾਂ ਨੂੰ ਵੇਅਰ ਕਰ ਸਕਦੇ ਹੋ, ਟਰੂਜ਼ੋ ਵਾਸਤੇ ਇਹਨਾਂ ਨੂੰ ਬਣਵਾ ਸਕਦੇ ਜੇ ਤੁਸੀਂ ਘਰ 'ਚ, ਆਪਾਂ ਫੰਕਸ਼ਨ ਆਪਣੇ ਖੁਦ ਦੀ ਮੈਰਿਜ ਹੈਗੀ, ਆਪਾਂ 10-8 ਆਰਟੀਕਲ ਲੈਣੇ ਨੇ, ਤੁਸੀਂ ਲਾ ਲਓ ਅਨਾਰਕਲੀ ਲੈ ਸਕਦੇ ਹੋ, ਪੈਪਲਮ ਟੋਪ ਲੈ ਸਕਦੇ ਹੋ। ਇਸੇ ਕਰਕੇ ਮੈਂ ਅੱਜ ਦੀ ਜਿਹੜੀ ਵੀਡੀਓ ਹੈਗੀ ਆ ਸਾਰੀ ਰੇਂਜ ਦਿਖਾਈ ਸੀ ਮਿਕਸਅਪ, ਉਹ 'ਚ ਹੈਵੀ ਰੇਂਜ ਵੀ ਸੀ, ਲਾਈਟ ਰੇਂਜ ਵੀ ਸੀਗੇ, ਅਤੇ ਸਾਰੇ ਹੈਗੇ ਨੇ ਰੈਡੀ ਟੂ ਵੇਅਰ, ਤੁਹਾਡਾ ਕੋਈ ਵੀ ਖਰਚਾ ਨਹੀਂ ਆਏਗਾ ਇਹਨੂੰ ਓਲਟਰ ਕਰਨ ਦਾ। ਅਤੇ ਫਿਰ ਤੁਸੀਂ ਆਪਣੀ ਹਾਈਟ ਸੈਂਡ ਕਰੋ, ਚਸਟ ਵੇਸਟ ਹਿੱਪ, ਅਤੇ ਪ੍ਰੋਪਰ ਤੁਹਾਨੂੰ ਕਰਕੇ ਦੇਵਾਂਗਾ ਰੈਡੀ, ਬੜੇ ਬੈਗ ਦਿਖਾਓ। ਇਹ ਹੈਗੀ ਸੀ ਲਖਨਵੀ ਅਨਾਰਕਲੀ ਵਿਦ ਕੈਨ।
ਅਗਰ ਕਿਸੇ ਦੀ ਚੁਆਇਸ ਹੈਗੀ ਕੈਨਕਨ ਉਤਾਰਨ ਦੀ, ਰਿਮੂਵ ਕਰਨ ਦੀ ਜਾਂ ਐਡ ਕਰਨ ਦੀ, ਉਹ ਵੀ ਹੋ ਜਾਏਗੀ ਜੀ। ਉਹ ਕਈ ਵਾਰ ਗਰਲਸ ਜਾਂ ਲੇਡੀਜ਼ ਕਹਿੰਦੇ ਕਿ ਭਾਅ ਜੀ ਕੈਨਕਨ ਨਹੀਂ ਚਾਹੀਦੀ, ਆਪਾਂ ਸਾਰੀ ਰਿਮੂਵ ਕਰ ਸਕਦੇ ਹਾਂ। ਆਹ ਦੇਖੋ ਕੰਮ ਦੇਖੋ ਜੀ, ਇਹਦਾ ਇਹ ਆਏਗਾ ਸਿਸਟਰ ਜੀ ਮਾਊਸ ਕਲਰ ਫੈਬਰਿਕ ਆਏਗਾ ਜੀ, 60 ਗ੍ਰਾਮ ਪਿਓਰ ਜੋੜ ਦਾ ਫੈਬਰਿਕ ਆਏਗਾ, ਮਿਰਰ ਵਰਕ ਦਾ ਨੈਕਲਾਈਨ ਬਣਿਆ ਹੋਇਆ ਵਾ। ਸਭ ਦੇ ਨਾਲ ਮਿਲਣਗੇ ਤੁਹਾਨੂੰ ਬਾਜ਼ੂ, ਅਗਰ ਤੁਸੀਂ ਕੋਈ ਬਾਜ਼ੂ ਐਡ ਕਰਨਾ ਚਾਹੁੰਦੇ ਹੋ ਤਾਂ ਬਾਜ਼ੂ ਲਗਵਾ ਸਕਦੇ ਹੋ। ਡਿਜ਼ਾਈਨ ਨੰਬਰ 19 ਰੇਂਜ ਦੇਖੋ ਸਿਸਟਰ ਜੀ, ਪੂਰੀ ਫਰੰਟ ਵੀ ਆ, ਬੈਕ ਵੀ ਆ, ਬਾਜ਼ੂ ਵੀ ਸਮਾਰਟ ਨੇ, ਸਿਰਫ 13,890। ਹਾਈ ਬੇਟੇ ਲਓ ਜੀ, ਅੱਜ ਦੀ ਵੀਡੀਓ ਦਾ ਲਾਸਟ ਆਰਟੀਕਲ ਆਏਗਾ ਜੀ, ਪ੍ਰੋਪਰਲੀ ਸ਼ੋ ਸਟੋਪਰ ਪੀਸ ਪਿਓਰ ਰੋ ਦੇ ਉੱਪਰ ਆਏਗਾ ਜੀ, ਲੈਦਰ ਵਰਕ ਓਰਿਜਨਲ ਪੀਸ ਆਏਗਾ ਜੀ, ਡਿਜ਼ਾਈਨਰ ਅਨੀਤਾ ਡੋਂਗਰੇ, ਸਭ ਨੇ ਨਾਮ ਸੁਣੇਗਾ, ਵਰਲਡ ਦੇ ਫੇਮਸ ਡਿਜ਼ਾਈਨਰ ਨੇ ਔਰ ਪ੍ਰੋਪਰਲੀ ਅੱਛੀ ਡਿਜ਼ਾਇਨਿੰਗ ਕਰਦੇ ਨੇ। ਪੂਰੇ ਦੇਖੋ ਲੈਦਰ ਦਾ ਵਰਕ ਹੋਏਗਾ ਬਾਜ਼ੂ ਦੇ ਉੱਤੇ, ਆਹ ਹੋਏਗਾ ਕੱਫ ਦੇ ਉੱਪਰ, ਇਹਦੇ ਨਾਲ ਵੀ ਐਕਸਟਰਾ ਬੈਲਟ ਦਿੱਤੀ ਗਈ ਹੈ, ਪ੍ਰੋਪਰਲੀ ਇਹਨੂੰ ਰੈਡੀ ਕੀਤਾ ਗਿਆ ਵਾ ਬਹੁਤ ਹੀ ਸਮਾਰਟਨੈਸ ਦੇ ਨਾਲ। ਇਹ ਪ੍ਰੋਪਰਲੀ ਅੱਛੇ ਜਿਹੜੇ ਪ੍ਰੋਪਰਲੀ ਪ੍ਰੋਫੈਸ਼ਨ ਕਾਰੀਗਰ ਨੇ, ਅੱਛੇ ਟੇਲਰ ਨੇ, ਉਹਨਾਂ ਦੇ ਸੀਤੇ ਹੋਏ ਸਟਿਚ ਕੀਤੇ ਹੋਏ ਪੀਸਿਸ ਨੇ। ਆਹ ਦੇਖੋ ਕਿੰਨਾ ਫਲੇਅਰ, ਕਿੰਨਾ ਪਿਆਰਾ ਵਾ ਬੇਟੇ, ਫਲੇਅਰ ਫੜੀ ਮੇਰੇ ਸਾਈਡ ਤੋਂ। ਆਹ ਦੇਖੋ ਜੀ, ਕੁਛ ਅਲੱਗ ਲੁੱਕ ਵਾਲੇ ਪੀਸਿਸ ਨੇ, ਪ੍ਰੋਪਰਲੀ ਕੋਈ ਅੰਦਰ ਸੈਂਟਰ 'ਚ ਬੂਟੀ ਨਹੀਂ, ਕੁਛ ਨਹੀਂ, ਕਲਾਸੀਕਲ, ਯਾਨੀ ਕਿ ਇੱਕਦਮ ਇਹਨੂੰ ਕਹਿੰਦੇ ਆਪਾਂ ਏ ਕਲਾਸ ਰਿਚ ਲੁੱਕ ਡਰੈਸ, ਇਸ ਤਰ੍ਹਾਂ ਦੀ ਡਰੈਸਿਸ। ਦੁਪੱਟਾ ਦੇਖੋ ਨਾ ਪਿਆਰਾ ਬੇਟੇ, ਬੈਠ ਕੇ ਡੰਮੀ ਦੀ ਘੁਮਾ ਦੇ ਮਾੜੀ ਜੀ, ਦੁਪੱਟਾ ਵੀ ਬਹੁਤ ਸਮਾਰਟ ਆ। ਕੀ ਹੁੰਦਾ ਜ਼ਿਆਦਾਤਰ ਕਿ ਡਰੈਸ ਜਦੋਂ ਹੈਵੀ ਹੁੰਦੀਆਂ ਨੇ ਬੜੇ ਕਰਦੇ ਫਰੰਟ, ਅਤੇ ਫਰੰਟ ਵੀ ਬੈ ਹੈਵੀ ਆ, ਬੈਕ ਵੀ ਅੱਛੀ ਬਣੀ ਹੋਈ ਹੈ, ਜਿਵੇਂ ਕਿ ਡਰੈਸਿਸ ਹੈਵੀ ਹੁੰਦੀਆਂ ਨੇ ਤਾਂ ਦੁਪੱਟੇ ਹੁੰਦੇ ਨੇ ਲਾਈਟ ਵੇਟ, ਬਟ ਡਿਜ਼ਾਈਨਰ ਵੱਲੋਂ ਦੁਪੱਟੇ ਨੇ ਵੀ ਬਹੁਤ ਕਲਾਸੀ ਲੁੱਕ ਦਿੱਤੀ ਗਈ ਆ, ਸਮਾਰਟ ਲੁੱਕ ਦਿੱਤੀ ਗਈ ਆ। ਇਹ ਆਏਗਾ ਜੀ, ਕਲਰ ਆਏਗਾ ਸਿਸਟਰ ਜੀ ਨੇਵੀ ਬਲੂ ਕਲਰ ਜੀ, ਔਰ ਇਹਦਾ ਆਏਗਾ ਜੀ, ਵੈਸੇ ਦਾ ਰੇਂਜ ਸੀਗੀ 65,000, ਬਟ ਆਪਾਂ ਤੁਹਾਨੂੰ ਦੇਵਾਂਗੇ ਸਿਰਫ ਤੋਂ ਸਿਰਫ 40,720 ਦੀ ਰੇਂਜ ਦੇ ਅੰਦਰ ਸੀਗੇ। ਇਹ ਸੀਗੇ ਸਿਸਟਰ ਜੀ ਆਪਣੇ ਅੱਜ ਦੇ 20 ਆਰਟੀਕਲ। ਹੁਣ ਦਿਖਾਉਣਾ ਤੁਹਾਨੂੰ ਸ਼ੋਪ ਦੇ ਵਟਸਐਪ ਨੰਬਰ, ਜੇ ਤੁਸੀਂ ਕੋਈ ਵੀ ਆਪਣਾ ਔਡਰ ਪਲੇਸ ਕਰਨਾ ਵਾ, ਕੋਈ ਵੀ ਇਨਕੁਆਇਰੀ ਕਰਨੀ ਹੈ, ਕੋਈ ਵੀ ਗੱਲਬਾਤ ਕਰਨੀ ਆ, ਆਪਣਾ ਵੀਡੀਓ ਕਾਲ ਦਾ ਸੈਸ਼ਨ ਬੁੱਕ ਕਰਾਉਣਾ ਵਾ, ਤਾਂ ਦਿਸ ਨੰਬਰ ਫਸਟ ਸੈਕਿੰਡ ਥਰਡ ਕਿਸੇ ਵੀ ਨੰਬਰ 'ਤੇ ਟਰਾਈ ਕਰੋ, ਫਸਟ ਸੈਕਿੰਡ ਥਰਡ ਤਿੰਨਾਂ ਦੇ ਸੁਵਿਧਾ ਉਪਲਬਧ ਹੈਗੀ ਹੈ। ਵਟਸਐਪ ਦੀ ਕਾਲ ਕਰ ਸਕਦੇ ਹੋ, ਡੀ ਐੱਮ ਕਰ ਸਕਦੇ ਹੋ ਔਰ ਆਪਣੇ ਪੀਸਾਂ ਦੀ ਬੁਕਿੰਗ ਕਰਵਾ ਸਕਦੇ ਹੋ। ਅਤੇ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ, ਫਿਰ ਮਿਲਦੇ ਹਾਂ ਕੁਛ ਨਵੇਂ ਆਰਟੀਕਲ ਦੇ ਨਾਲ, ਜਦ ਤੱਕ ਮੈਨੂੰ ਦਿਓ ਇਜਾਜ਼ਤ, ਅਤੇ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।